Vaheguru, Vaheguru, Vaheguru. ਰੁੱਖਾਂ ਨੂੰ ਮਿੱਠੇ ਲੱਗਦੇ ਸਿਮਲਾ ਨੂੰ ਮਾਣ ਲੈ ਗਿਆ ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਸਿਮਲਾ ਨੂੰ ਮਾਣ ਲੈ ਗਿਆ ਕਿਸ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਤੁਸੀਂ ਪਾਵੇ ਕਿਤੇ ਰਸਾਇਣ ਜੀ ਜੋ ਜੋ ਮੰਗੈ ਤੁਸੀਂ ਪਾਵੇ ਹਰ ਕੇ ਚਰਨ ਜੀ ਜੋ ਜੋ ਮੰਗੈ ਹਰ ਕੇ ਚਰਨ ਸਾਈਨ ਜੀ ਜੋ ਜੋ ਮੰਗੈ ਸੋਈ ਸੋਈ ਪਾਵੇ ਸਹਿਜ ਰਹਿ ਤੁਮਨ ਉਪਜੋ ਸਗਲੇ ਦੁੱਖ ਪਲਾਇਨ ਜੋ ਮੰਗੈ ਟੋਈ ਟੋਈ ਪਾਵੇ ਸੇਵ ਹਰ ਕੇ ਚਰਨ ਟਾਇਨ ਜਨਮ ਮਰਨ ਤੂੰ ਤੇ ਛੂਟ ਹੈ ਪਵਜਨ ਭਜਗਤ ਤਰਾਇਨ ਸੇਵ ਹਰ ਕੇ ਚਰਨ ਟਾਇਨ ਜੀ ਜੋ ਜੋ ਮੰਗੈ ਪਾਵੇ
ਕੋਜਿਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਨ ਆਪਣਾ ਟੀਕੇ ਮਚਾਏ ਜੇ ਨਾਨਕੂ ਸਦਾ ਤਮਰ ਨਰਾਇਨ ਸਿਵ ਹਰ ਕੇ ਚਰਨ ਸਾਈਨ ਜੀ ਜੋ ਜੋ ਮੰਗੇ ਕੋਈ ਕੋਈ ਪਾਵੇ ਹਰ ਕੇ ਚਰਨ ਸਾਈਨ ਜੀ ਜੋ ਜੋ ਮੰਗੇ ਸ਼ਬਦ ਉੱਚਾ ਜੀ ਪੁਰਬ ਕਾ ਸਿਮਰਨ ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਜਿੱਥੇ ਆਪ ਜੀ ਮਾਈ ਪਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੀ ਦੁਨੀਆ ਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪੁੱਜ ਕੇ
ਆਪਣੀ ਜ਼ਿੰਦਗੀ ਦੇ ਆਪਣੇ ਜੀਵਨ ਦੇ ਅਮੋਲਕ ਸਮੇਂ ਨੂੰ ਗੁਰਚਰਨਾਂ ਵਿੱਚ ਲਗਾ ਕੇ ਸਫਲ ਕਰਨ ਦੀ ਕਿ ਚਲਾ ਜਾਣੀ ਕਿਰਪਾਲਤਾ ਕਰ ਉੱਥੇ ਸਤਸੰਗ ਜ਼ਿੰਦਗੀ ਦਾ ਉਹ ਪ੍ਰਯੋਜਨ ਜਿਹਦੇ ਵਾਸਤੇ ਸਾਨੂੰ ਇਹ ਮਨੁੱਖਾ ਤਨ ਮਨੁੱਖਾ ਦੇਹ ਮਿਲੀ ਹੈ ਉਸਨੂੰ ਪੂਰਾ ਕਰਨ ਦੀ ਖੇਚ ਚਲਾ ਜਾਣੀ ਕਿਰਪਾਲਤਾ ਕਰ ਸਤਸੰਗ ਵਹਿਰੂ ਅੰਤਰਜਾਮੀ ਜਿਸ ਦੇ ਨਾਮ 'ਚ ਬੜੀਆਂ ਬੜੀਆਂ ਸ਼ਕਤੀਆਂ ਹਨ ਬੜੀਆਂ ਬੜੀਆਂ ਬਰਕਤਾਂ ਹਨ ਨਾਮ ਜਪਣਾ ਹੀ ਮਾਨੋ ਰੱਬੀ ਸ਼ਕਤੀ ਨਾਲ ਜੁੜਨਾ ਹੈ ਗੁਰੂ ਕੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਗੁਰਬਾਣੀ ਉਚਾਰਨ ਕਰਦੇ ਫਰਮਾਉਂਦੇ ਹਨ ਸੁੱਖਾਂ ਦੀ ਮਣੀ ਸੁਖਣੀ ਸਾਦੀ ਬਾਣੀ 'ਚ ਦੱਸਿਆ ਹੈ ਕਿ ਵਾਹਿਗੁਰੂ ਦਾ ਸਿਮਰਨ ਸਭ ਤੋਂ ਹੀ ਉੱਚਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੂਰਖਾਂ ਨੂੰ ਦੇਵਤੇ ਬਣਾ ਕੇ ਰੱਖ ਦੇਣ ਵਾਲਾ ਹੈ ਇੱਕ ਭਗਤ ਰਵਿਦਾਸ ਜੀ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਨੀਚਾਂ ਨੂੰ ਉੱਚੇ ਕਰਕੇ ਰੱਖ ਦੇਣ ਵਾਲਾ ਹੈ ਦੁਨੀਆਂ ਦੇ ਵਿੱਚ ਲੋਕ ਚਾਰ ਵਰਨ ਮੰਨੇ ਹਨ ਪਹਿਲੇ ਨੰਬਰ 'ਤੇ ਪੰਡਿਤ ਦੂਜੇ 'ਤੇ ਮੁੱਕਦੀ ਗੱਲ ਕੀ ਸਤ ਸੰਗਤ ਜੀ ਦੂਜੇ 'ਤੇ ਕਸ਼ਤਰੀ ਜਿਸ ਨੂੰ ਖੱਤਰੀ ਵੀ ਕਿਹਾ ਤੀਜੇ 'ਤੇ ਬੈਸ ਚੌਥੇ 'ਤੇ ਸ਼ੂਦਰ ਦਸਨਾ ਕੀਤਾ ਹਰ ਸਿਮਰਨ ਕਰਨ ਭਗਤ ਪ੍ਰਗਟਾਏ ਵਾਹਿਗੁਰੂ ਪਰਮੇਸ਼ਰ ਦਾ ਨਾਮ ਦੇ ਜਪਦਾ ਦੁਨੀਆਂ 'ਚ ਪ੍ਰਗਟ ਹੋ ਜਾਂਦਾ ਹੈ ਸਤਸੰਗ ਜੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਰਸਨਾ ਗੁਣ ਗੋਪਾਲ ਨਿਤ ਗਾਇਨ ਜਿਹੜੇ ਰਸਨਾ ਕਰਕੇ ਵਾਹਿਗੁਰੂ ਦਾ ਨਾਮ ਜਪਦੇ ਹਨ ਮਨ ਦੀ ਸ਼ਾਂਤੀ ਪੀਸ ਆਫ ਮਾਇੰਡ ਜਿਸ ਨੂੰ ਹਰ ਬੰਦਾ ਤਰਸ ਰਿਹਾ ਹੈ ਦੁਨੀਆਂ ਇਸ ਤਰ੍ਹਾਂ ਪੁੱਜ ਰਹੀ ਜਿਵੇਂ ਪੱਠੀ ਦੀ ਖਿੱਲ 'ਚੋਂ ਦਾਣੇ ਪੁੱਜਦੇ ਹਨ ਸਾਰਾ ਸੰਸਾਰ ਵਿਕਾਰਾਂ ਦੀ ਅੱਗ 'ਚ ਸੜ ਰਿਹਾ ਹੈ ਪਰ ਮਨ ਦੀ ਸ਼ਾਂਤੀ ਮਨ ਦੀ ਠੰਡ ਸਿਰਫ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਹੈ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿਸਮਨ ਉਪਜੋ ਸਗਲੇ ਦੁੱਖ ਪਲਾਇਨ ਸਾਰਿਆਂ ਦੁੱਖਾਂ ਦਾ ਨਾਸ ਕਰਨ ਵਾਲਾ ਵਾਹਿਗੁਰੂ ਅੰਤਰਜਾਮੀ ਦਾ ਨਾਮ ਹੈ ਯੂਰ ਫਰਮਾਉਂਦੇ ਹਨ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿਸਮਨ ਉਪਜੋ ਸਗਲੇ ਦੁੱਖ ਪਲਾਇਨ ਜੋ ਮੰਗੇ ਸੋਈ ਸੋਈ ਪਾਵੇ ਜੋ ਮੰਗਿਆ ਜਾਂਦਾ ਉਹ ਮਿਲਦਾ ਹੈ ਵਾਹਿਗੁਰੂ ਦੇ ਨਾਮ ਵਿੱਚ ਦੀਨ ਵੀ ਹੈ ਦੁਨੀਆਂ ਵੀ ਹੈ ਲੋਕ ਵੀ ਹੈ ਪਰਲੋਕ ਵੀ ਹੈ ਵਾਹਿਗੁਰੂ ਅੰਤਰਜਮੀ ਦੇ ਨਾਮ 'ਚ ਸਾਰੇ ਹੀ ਸੁੱਖ ਮੌਜੂਦ ਹਨ ਪਾਰਸ ਗੁਰੂ ਕੀ ਸੰਗਤ ਸੇਵ ਹਰ ਕੇ ਚਰਨ ਰਸਾਇਨ ਰਸਾਇਨ ਪਾਰਸ ਨੂੰ ਕਹਿ ਦਿੰਦੇ ਹਨ ਪਾਰਸ ਦੇ ਵਿੱਚ ਇੱਕ ਗੁਣ ਹੈ ਇਹ ਅੱਠਾਂ ਤਾਤਾਂ ਨੂੰ ਟੱਚ ਕਰ ਜਾਏ ਛੂ ਜਾਏ ਅੱਠਾਂ ਤਾਤਾਂ ਨੂੰ ਸੋਨਾ ਬਣਾ ਕੇ ਬਣਾਉਣ ਨੂੰ ਸਮਰੱਥ ਹੈ ਲੋਹੇ ਨੂੰ ਪਾਰਸ ਟੱਚ ਕਰ ਜਾਏ ਲੋਹਾ ਸੋਨਾ ਕਾਂਸੀ ਤਾਂਬਾ ਹੋਰ ਜਿਤਨੀਆਂ ਵੀ ਤਾਤਾਂ ਹਨ ਪਿੱਤਲ ਇਹਨਾਂ ਨੂੰ ਜੇਕਰ ਪਾਰਸ ਦੀ ਰਸਾਇਣ ਦੀ ਕੋਈ ਗੱਲ ਹੈ ਸ਼ੂ ਪ੍ਰਾਪਤ ਹੋ ਜਾਏ ਉਹਨੂੰ ਸੋਨਾ ਬਣਾ ਦਿੰਦਾ ਭਗਤ ਰਵਿਦਾਸ ਜੀ ਹੋਏ ਹਨ ਭਗਤ ਭਗਤ ਜਗ ਵੱਜਿਆ ਚੂੰ ਚੱਕਾਂ ਵਿੱਚ ਮਰੇਠਾ ਪਾਣਾ ਗੰਢੇ ਰਾਹਾਂ ਵਿੱਚ ਆਪ ਆਪਣੀ ਬਾਣੀ 'ਚ ਦੱਸਦੇ ਨੇ ਚਮਰੱਟਾ ਗਾਂਢ ਨੇ ਜਨੀ ਲੋਕ ਉਠਾਵੇ ਪਨੀ ਐਸੀ ਬਾਣੀ ਆਉਂਦੀ ਹੈ ਮੇਰੀ ਜਾਤ ਕਮੀਨੀ ਮੇਰੀ ਪਾਤ ਕਮੀਨੀ ਹੋਛਾ ਜਨਮ ਹਮਾਰਾ ਤਮਸਰ ਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਐਸੇ ਸ਼ਬਦ ਵੀ ਆਉਂਦੇ ਨੇ ਨੀਚ ਕੁੱਲ ਹਰ ਜਪਦੇ ਹਾਂ ਉੱਤਮ ਪਦਵੀ ਪਾਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਗੁਰੂ ਕੀ ਸੰਗ ਨੀਵੀਆਂ ਕੁੱਲਾਂ ਦੇ ਵਿੱਚ ਰਹਿ ਕੇ ਉਹ ਮਰਤਬੇ ਪ੍ਰਾਪਤ ਕੀਤੇ ਜਿਨ੍ਹਾਂ ਦਾ ਨਾਮ ਦੁਨੀਆਂ 'ਤੇ ਸਦਾ ਹੀ ਅਮਰ ਹੋ ਗਿਆ ਵਾਹਿਗੁਰੂ ਆਪ ਅਮਰ ਹੈ ਉਸਦਾ ਨਾਮ ਵੀ ਅਮਰ ਕਰਕੇ ਰੱਖ ਦੇਣ ਵਾਲਾ ਇਹਨੂੰ ਦਰਸ਼ਨਾ ਕੀਤਾ ਗਜ ਵਜ ਕੇ ਪੜਿਆ ਕਰੋ ਨੀਚ ਜਾਤ ਵੀ ਪ੍ਰਗਟ ਹੋ ਗਏ ਜਪ ਕੇ ਵਾਹਿਗੁਰੂ
جب بھی پر کٹ ہوگا جب کے واہ ਜੋਹਨ ਕੁੰਟ ਮਨ ਰਵਿਦਾਸ ਚਮਾਰਾਂ ਦੇ ਘਰ ਦਾ ਜਨਮ ਚਮਾਰ ਕੋਈ ਜਾਤ ਨਹੀਂ ਹੈ ਜੇ ਚਮਾਰ ਕਰਕੇ ਜਾਤ ਹੈ ਤਾਂ ਸਾਡਾ ਸਾਰਿਆਂ ਦਾ ਸਰੀਰ ਹੀ ਚਮੜੇ ਦਾ ਬਣਿਆ ਹੋਇਆ ਹੈ ਖੈਰ ਇੱਧਰ ਨਾ ਜਾਈਏ ਭਗਤ ਭਗਤ ਜਗ ਵੱਜਿਆ ਚੂੰ ਚੱਕਾਂ ਵਿੱਚ ਚਮਰੇਟਾ ਰਸਤੇ 'ਚ ਜੁੱਤੀਆਂ ਗਣਦੇ ਕੋਈ ਪੈਸੇ ਦੇ ਜਾਂਦਾ ਤਾਂ ਵਧੀਆ ਨਾ ਦਿੰਦਾ ਤਾਂ ਵਧੀਆ ਜ਼ਿੰਦਗੀ ਗੁਜ਼ਾਰਨ ਵਾਸਤੇ ਨਾ ਸੰਤਾਂ ਭਗਤਾਂ ਨੇ ਛੋਟੇ ਛੋਟੇ ਕਿੱਤੇ ਵੀ ਅਪਣਾਏ ਹੋਏ ਸਨ ਰਾਤ ਵੀ ਕੀਰਤਨ 'ਚ ਗੱਲ ਚੱਲੀ ਸੀ ਨਾਮਦੇਵ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਧੋਬੀ ਪੁਣੇ ਦਾ ਕੰਮ ਕਰਦੇ ਗੁਜ਼ਰਿਆ ਸਾਸਮ ਭਗਤ ਕਬੀਰ ਜੀ ਦਾ ਜੀਵਨ ਦਾ ਬਹੁਤਾ ਸਮਾਂ ਤੰਨੇ ਬੁਣਨੇ ਦਾ ਕੰਮ ਕਰਦੇ ਗੁਜ਼ਰਿਆ ਰਵਿਦਾਸ ਜੀ ਚਮੜੇ ਦਾ ਕੰਮ ਕਰਦੇ ਹਾਂ ਆਪ ਜੀ ਕਹਿੰਦੇ ਹਨ ਚਮਰਾਟਾ ਗਾਂਠ ਨਾ ਜੰਨੀ ਮੈਨੂੰ ਜੁੱਤੀ ਤਾਂ ਗੜਨੀ ਨਹੀਂ ਆਉਂਦੀ ਪਰ ਲੋਕ ਫਿਰ ਵੀ ਮੇਰੇ ਤੋਂ ਜੁੱਤੇ ਕਟਾਉਂਦੇ ਹਨ ਪਰ ਜੋ ਆਨੰਦ ਸਤਸੰਗ ਇਹਨਾਂ ਸੰਤਾਂ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਸਮੇਂ 'ਚ ਮਾਣੇ ਹੈ ਉਸ ਸਮੇਂ ਦੇ ਵੱਡੇ ਵੱਡੇ ਚੱਕਰਵਰਤੀ ਰਾਜੇ ਨਹੀਂ ਮਾਣ ਸਕੇ ਦੁਨੀਆਂ ਦੇ ਵਿੱਚ ਸੁਖੀ ਉਹ ਹੈ ਸਤਸੰਗ ਜੀ ਦਾ ਮਨ ਸੁਖੀ ਹੈ ਮਨ ਦੀ ਜਿਹੜੀ ਸ਼ਾਂਤੀ ਮਨ ਦਾ ਸੁਖ ਹੈ ਜਿਹੜਾ ਉਹ ਵਾਹਿਗੁਰੂ ਦੇ ਨਾਮ 'ਚ ਹੈ ਇੱਕ ਵਾਰੀ ਕਹਿ ਦੇ ਵਾਹਿਗੁਰੂ
ਜਿਹੜੀ ਪਦਾਰਥਾਂ ਦੀ ਭੁੱਖ ਹੈ ਜਿਹੜੀ ਉਹ ਮਨ ਦੀ ਸ਼ਾਂਤੀ ਦੂਰ ਨਹੀਂ ਕਰ ਸਕਦੀ। ਸਹਿਸ ਖਟੇ ਲਾਕੋ ਉਠਤਾਵੈ ਤ੍ਰਿਤਨ ਆਵੈ ਮਾਇਆ ਪਛੈ ਪਾਵੈ। ਸੌ ਹੋ ਗਿਆ, ਹਜ਼ਾਰ ਹੋ ਜੇ, ਹਜ਼ਾਰ ਹੋ ਗਿਆ, ਲੱਖ ਹੋ ਜੇ, ਲੱਖ ਹੋ ਗਿਆ, ਕਰੋੜ ਹੋ ਜੇ, ਇਹ ਭੁੱਖ ਵੱਧਦੀ ਤਰੀ ਜਾਂਦੀ ਹੈ। ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਸਾਰੇ ਪੜੋ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੈ। ਵਾਹਿਗੁਰੂ ਅੰਤਰਜਾਮੀ ਦਾ ਨਾਮ ਹੈ, ਕਿਸੇ ਕਿਸਮ ਦੀ ਤ੍ਰਿਸ਼ਨਾ ਰਹਿਣ ਨਹੀਂ ਦਿੰਦਾ। ਖੈਰ ਗੁਰੂ ਕੀ ਸੰਗਤ, ਕਿਸੇ ਮੌਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਆਪ ਜੀ ਦੇ ਸ਼ਰਧਾਲੂਆਂ ਨੇ, ਭਗਤ ਜੀ, ਬਾਬਾ ਜੀ, ਕੁਝ ਕੁ ਲੋਕਾਂ ਦਾ ਖਿਆਲ ਦੁਨੀਆਂ 'ਤੇ ਚੱਕਰਵਰਤੀ ਰਾਜੇ ਵੱਡੇ ਹਨ, ਕੁਝ ਕੁ ਲੋਕਾਂ ਦਾ ਜਿਨ੍ਹਾਂ ਦੇ ਹੱਥ ਵਿੱਚ ਸਾਰੇ ਰਾਜ ਦੀ ਕਮਾਂਡ ਹੈ, ਕੁਝ ਕੁ ਲੋਕਾਂ ਦਾ ਖਿਆਲ ਦੁਨੀਆਂ 'ਤੇ ਪੰਡਿਤ ਲੋਕ ਵੱਡੇ ਹਨ ਜੋ ਵੇਦਾਂ ਦੇ ਗਿਆਤਾ ਹਨ, ਕੁਝ ਕੁ ਲੋਕਾਂ ਦਾ ਖਿਆਲ ਦੁਨੀਆਂ 'ਤੇ ਦਾਨੀ ਲੋਕ ਵੱਡੇ ਹਨ, ਕੁਝ ਕੁ ਲੋਕਾਂ ਦਾ ਖਿਆਲ ਦੁਨੀਆਂ 'ਤੇ ਸੂਰਮੇ ਲੋਕ ਵੱਡੇ ਹਨ। ਉਸ ਮੌਕੇ ਰਵਿਦਾਸ ਜੀ ਛੋਟੀ ਜਿਹੀ ਹਾਸੀ ਹੱਸਦੇ ਹੋਏ ਕਹਿਣ ਲੱਗੇ ਪ੍ਰੇਮੀਓ, ਜੋ ਦੁਨੀਆਂ 'ਤੇ ਸਭ ਤੋਂ ਵੱਡਾ ਉਸਦਾ ਤਾਂ ਤੁਸੀਂ ਨਾਮ ਹੀ ਨਹੀਂ ਲਿਆ। ਕਹਿਣ ਲੱਗੇ ਭਗਤ ਜੀ ਕਰੋ ਕਿਰਪਾ, ਦੁਨੀਆਂ 'ਤੇ ਕੌਣ ਵੱਡਾ ਹੈ। ਉਸ ਮੌਕੇ ਰਵਿਦਾਸ ਜੀ ਨੇ ਇਹ ਸ਼ਬਦ ਉਚਾਰਨ ਕਰਦੇ ਇਉਂ ਸਮਝਾਇਆ ਸੀ, ਸਾਰੇ ਗਜ ਵਜ ਕੇ ਪੜ੍ਹਿਆ ਕਰੋ, ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ, ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ, ਸਭ ਤੋਂ ਵੱਡੇ ਪਰਮੇਸ਼ੁਰ ਦੇ ਪਿਆਰੇ ਹਨ। ਜੀਵਨ ਦਾ ਸਮਾਂ ਗੁਜ਼ਰਦਾ ਹੀ ਜਾ ਰਿਹਾ, ਜਿਵੇਂ ਆਪ ਜੀ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਆਉਂਦੇ ਆ, ਤੁਹਾਡਾ ਸਮਾਂ ਰੋਜ਼ ਦੇ ਰੋਜ਼ ਗੁਰੂ ਚਰਨਾਂ ਵਿੱਚ ਲੱਗਦਾ ਜਾ ਰਿਹਾ, ਉਧਰੋਂ ਸਮਾਂ ਗੁਰੂ ਚਰਨਾਂ 'ਚ ਲੱਗਦਾ ਜਾਂਦਾ ਉਦੋਂ ਅੱਗਾ ਨੇੜੇ ਤੁਰਿਆ ਆਉਂਦਾ ਹੈ। ਜਿਨ੍ਹਾਂ ਨੇ ਜ਼ਿੰਦਗੀਆਂ ਲਾ ਲਈਆਂ ਸਾਧਸੰਗ ਸਰੀਰ ਤਿਆਗਣ ਤੋਂ ਬਾਅਦ, ਉਹਨਾਂ ਨੇ ਹਮੇਸ਼ਾ ਵਾਸਤੇ ਵਾਹਿਗੁਰੂ ਦੇ ਚਰਨਾਂ 'ਚ ਚਲੇ ਜਾਣਾ। ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਭਜਨ ਨਹੀਂ ਕੀਤਾ, ਇਹ ਜਨਮ ਹੱਥੋਂ ਇੱਕ ਵਾਰੀ ਨਿਕਲ ਗਿਆ, ਫਿਰ ਆ ਝਾਤੀ ਮਾਰ ਕੇ ਦੇਖ ਲਓ ਜਿਹੜੀਆਂ 84 ਲੱਖ ਯੋਨੀਆਂ ਤੁਰੀਆਂ ਫਿਰਦੀਆਂ ਹਨ। 84 ਲੱਖ ਪ੍ਰਯੋਜਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਹ ਪੌੜੀ 'ਤੇ ਜੋ ਨਰ ਚੁੱਕਿਆ ਸੇ ਫਿਰ ਆਏ ਜਾਏ ਦੁੱਖ, ਭਾਵੇਂ ਦਾ ਜਿੰਨੇ ਵੀ ਕੁੱਤੇ ਬਿੱਲੇ ਗਧੇ ਜਿਤਨੇ ਵੀ ਤੁਰੇ ਫਿਰਦੇ ਹੋ, ਆ ਇੱਕ ਘੱਟ 84 ਲੱਖ ਯੋਨੀਆਂ ਉਹੀ ਨੇ ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ। ਸਾਰਾ ਦਿਨ ਗੁਰੂ ਕੀ ਸੰਗਤ ਨਾਲੇ ਜਪ ਕਰਨਾ, ਨਾਲੇ ਜੁੱਤੀਆਂ ਗੰਢਦੇ,
ਇੱਕ ਸਮੇਂ ਪਰਮੇਸ਼ਰ ਨੇ ਸੋਚਿਆ ਦਾ ਕੰਮ ਕਿਵੇਂ ਚੱਲੇਗਾ। ਇੱਕ ਵਾਰੀ ਕਹਦੇ ਬਾਹਰ ਫਰੀਦਾ ਆਪਸ ਬਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਇਹਦਾ ਕੰਮ ਕਿਵੇਂ ਚੱਲੇਗਾ? ਰਵਿਦਾਸ ਜੀ ਨੇ ਕਹਿੰਦੇ ਗੁਰੂ ਕਿਸਨ ਦਰਿਆਏ ਗੰਗਾ ਦੇ ਕੰਢੇ 'ਤੇ ਬੈਠੇ ਜੁੱਤੇ ਗੰਢਦੇ ਹਨ। ਪਹਿਲਾਂ ਜਦੋਂ ਉੱਠਣਾ ਸ਼ੁਰੂ ਕੀਤਾ ਅਤੇ ਉਹ ਆਪਣਾ ਆਸਣ ਚੱਕਣਾ, ਉਹਦੇ ਥੱਲੇ 5 ਸੋਨੇ 4 ਸੋਨੇ ਦੀਆਂ ਮੋਹਰਾਂ ਨਿਕਲਣੀਆਂ। ਸੱਸ ਹੁਣ ਇੱਛਾ ਕੋਈ ਨਹੀਂ, ਇੱਕ ਵਾਰੀ ਕਹਦੇ ਬਾਹਰ, ਇੱਕ ਵਾਰੀ ਫਿਰ ਕਹਦੇ ਬਾਹਰ, 4 ਸੋਨੇ ਦੀਆਂ ਮੋਹਰਾਂ ਨਿਕਲਣੀਆਂ। ਉਹ 4 ਸੋਨੇ ਦੀਆਂ ਮੋਹਰਾਂ ਚੁੱਕ ਕੇ ਐਵੇਂ ਨਹੀਂ ਹੈ ਗੱਲ, ਜਿਵੇਂ ਭਗਤ ਕਬੀਰ ਜੀ ਤੁਰੇ ਜਾਂਦੇ ਨੇ। ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਸੀ, ਬਾਬਾ ਜੀ ਕਿਸ ਜੀਵਨ ਚੰਗਾ ਕਿ ਮਾੜਾ? ਕਬੀਰ ਜੀ ਲੱਗੇ ਕਹਿਣ, ਹੈ ਤਾਂ ਚੰਗਾ ਪਰ ਲੋਈ ਕਰਕੇ, ਹੈ ਤਾਂ ਚੰਗਾ ਪਰ ਲੋਈ ਕਰਕੇ। ਕਬੀਰ ਜੀ ਤੁਰੇ ਜਾਂਦੇ 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 ਰਸਤੇ 'ਚ ਕੋਈ ਸੋਨੇ ਦੀਆਂ ਮੋਹਰਾਂ ਪਈਆਂ ਨੇ। ਲੋਈ ਦੀ ਅਵਸਥਾ ਭਗਤ ਕਬੀਰ ਤੋਂ ਵੀ ਅੱਗੇ ਸੀ। ਇੱਕ ਵਾਰੀ ਕਹਿਦੇ ਬਹਿਰ, ਅੱਗੇ ਕੱਚੇ ਰਾਹ ਹੁੰਦੇ, ਕੱਚੀਆਂ ਪਗਡੰਡੀਆਂ ਹੁੰਦੀਆਂ, ਕੱਚੇ ਪਾਏ ਪਹੇ ਹੁੰਦੇ। ਤੋ ਉਹ ਜਾਂਦੇ ਜਾਂਦੇ ਸਤਸੰਗ ਕੀ ਦੇਖਿਆ ਵੀ ਰਸਤੇ ਵਿੱਚ ਉਹ 4 ਕੁਝ ਸੋਨੇ ਦੀਆਂ ਮੋਹਰਾਂ ਪਈਆਂ। ਭਗਤ ਕਬੀਰ ਜੀ ਨੇ ਆਪਣਾ ਪੈਰ ਮਾਰ ਕੇ ਉਹਨਾਂ ਸੋਨੇ ਦੀਆਂ ਮੋਹਰਾਂ ਨੂੰ ਢੱਕਣ ਦੀ, ਕਵਰ ਕਰਨ ਦੀ ਸਮਝ ਲਓ ਕੋਸ਼ਿਸ਼ ਕੀਤੀ, ਗਰਦੇ ਨਾ ਕੱਟੇ ਨਾ। ਅਤੇ ਪਿੱਛੇ ਲੋਈ ਸੀ, ਉਹਨੇ ਕਿਹਾ ਮਾਰੇ ਕੀ ਗੱਲ, ਇੱਥੇ ਪੈਰ ਮਾਰ ਰਹੇ ਸੀ, ਇੱਥੇ ਪੈਰ ਮਾਰ ਰਹੇ ਸੀ, ਪੈਰ ਕਿਉਂ ਮਾਰਿਆ? ਕਹਿਣ ਲੱਗੇ ਲੋਈ ਕੋਈ ਖਾਸ ਗੱਲ ਨਹੀਂ। ਫਿਰ ਅੱਗੇ ਮਾਰੇ ਕਿਰਪਾ ਕਰਕੇ ਦੱਸੋ ਤਾਂ ਸਹੀ। ਕਬੀਰ ਜੀ ਲੱਗੇ ਕਹਿੰਦੇ ਲੋਈ ਇੱਥੇ ਸੋਨੇ ਦੀਆਂ ਮੋਹਰਾਂ ਪਈਆਂ ਸੀ। ਅਤੇ ਇਸਤਰੀ ਜਾਮੇ ਵਾਸਤੇ ਨਾ ਬੀਬੀਆਂ ਦਾ, ਇਸਤਰੀਆਂ ਦਾ ਸੋਨੇ ਨਾਲ ਜ਼ਿਆਦਾ ਪਿਆਰ ਹੁੰਦਾ। ਅਤੇ ਮੈਂ ਇਸ ਕਰਕੇ ਪੈਰ ਮਾਰਿਆ ਸੀ ਕਿਤੇ ਤੇਰੇ ਮਨ ਦੇ ਉੱਤੇ ਸੋਨੇ ਦਾ ਅਸਰ ਨਾ ਹੋ ਜਾਏ। ਜਦੋਂ ਇਹ ਗੱਲ ਭਗਤ ਕਬੀਰ ਜੀ ਨੇ ਕਹੀ, ਲੋਈ ਲੱਗੀ, ਕਹਿਣ ਮਹਾਰਾਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ, ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਤੁਸੀਂ ਭਗਤਾਂ ਦੇ ਸ਼੍ਰੋਮਣੀ ਭਗਤ, ਅਜੇ ਤੁਹਾਨੂੰ ਮਿੱਟੀ ਅਤੇ ਸੋਨੇ 'ਚ ਫਰਕ ਨਜ਼ਰ ਆਉਂਦਾ ਖਾਲਸਾ ਜੀ? ਤਦੇ ਨਵੇਂ ਪਾਤਸ਼ਾਹ ਫਰਮਾਉਂਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸੁਨੇ ਅਰ ਪੈਣੀ ਜਾ ਕੇ ਕੰਚਨ ਮਾਟੀ, ਮਿੱਟੀ ਨੂੰ ਸੋਨਾ ਕਿਹੜਾ ਸਮਝੇ? ਮੁੱਕਦੀ ਗੱਲ ਕੀ, ਖੈਰ ਗੁਰੂ ਕੀ ਸੰਗਤ ਬੜੀ ਔਖੀ ਗੱਲ ਹੈ। ਇੱਧਰ ਭਗਤ ਰਵਿਦਾਸ ਜੀ, ਉਹ 4 ਸੋਨੇ ਦੀਆਂ ਮੋਹਰਾਂ ਨੇ। ਉਸ ਮੌਕੇ ਕਬੀਰ ਜੀ ਨੇ ਆਖਿਆ, ਲੋਈ ਭਾਵੇਂ ਦੁਨੀਆ ਮੈਨੂੰ ਭਗਤਾਂ ਦੇ ਸ਼੍ਰੋਮਣੀ ਭਗਤ ਕਹਿੰਦੀ ਆ, ਪਰ ਤੇਰੇ ਮਨ ਦੀ ਅਵਸਥਾ ਮੇਰੇ ਤੋਂ ਵੀ ਅੱਗੇ ਨਿਕਲ ਗਈ ਹੈ। ਇੱਧਰ ਭਗਤ ਰਵਿਦਾਸ ਜੀ, ਉਹ 4 ਸੋਨੇ ਦੀਆਂ ਮੋਹਰਾਂ ਜੋ ਨਿਕਲਦੀਆਂ ਨੇ, ਚੱਕ ਕੇ ਦਰਿਆਏ ਗੰਗਾ ਦੇ ਵਿੱਚ ਸੁੱਟ ਦਿੰਦੇ। ਗੰਗਾ ਇੱਕ ਰਿਵਰ ਦਾ ਨਾਂ, ਦਰਿਆ ਦਾ ਨਾਂ, ਉਹਦੇ ਵਿੱਚ ਸੁੱਟ ਦਿੰਦੇ ਹਨ। ਸਮਾਂ ਬੀਤਦਾ ਤੁਰਿਆ ਜਾਂਦਾ, ਪਰਮੇਸ਼ਰ ਨੇ ਦੇਖਿਆ ਵੀ ਇਹਦੇ ਕੰਮ ਕਿੱਦਣ ਕਿਵੇਂ ਚੱਲਣਗੇ। ਤਦੇ ਕਿਹਾ, ਰਵਿਦਾਸ ਢਵੰਤਾ ਢੋਰ ਨੀਤ, ਸਾਰੇ ਪੜੋ, ਰਵਿਦਾਸ ਢਵੰਤਾ ਢੋਰ ਨੀਤ। ਢੋਰ ਕਹਿੰਦੇ ਢੋਣ ਵਾਲਾ, ਮੁਰਦਾ ਡੰਗਰਾਂ ਨੂੰ ਢੋਰ, ਰਵਿਦਾਸ ਢਵੰਤਾ ਢਵੰਤਾ ਕਹਿੰਦੇ ਢੋਣ ਵਾਲਾ, ਢੋਰ ਕਹਿੰਦੇ ਡੰਗਰ ਨੂੰ, ਮੁਰਦਾ ਡੰਗਰਾਂ ਨੂੰ। ਜੇ ਪਿੰਡਾਂ 'ਚ ਜਾਂਦੇ ਹਾਂ, ਜੋ ਡੰਗਰ ਮਰ ਜਾਂਦਾ, ਬਹੁਤੇ ਲੋਕ ਅਸੀਂ ਇੰਡੀਆ ਦੇ ਰਹਿਣ ਵਾਲੇ ਹਾਂ, ਚਮਾਰ ਭਰਾਵਾਂ ਨੂੰ ਕਹਿੰਦੇ ਨੇ ਵੀ ਇਹ ਡੰਗਰ ਚੱਕ ਕੇ ਇਹਨੂੰ ਹੱਡਾ ਰੂੜੀ ਸੱਟਿਓ। ਅਤੇ ਉਹ ਕੀ ਕਹਿੰਦੇ, ਇਹ ਤਾਂ ਗੁਰੂ ਅਰਜਨ ਦੇ ਮਰ ਕੇ ਰਵਿਦਾਸ ਢਵੰਤਾ ਢੋਰ ਨੀਤ। ਹੁਣ ਢੋਂਦਾ ਕੀ ਮੁਰਦੇ ਡੰਗਰਾਂ ਨੂੰ? ਇੱਕ ਵਾਰੀ ਕਹਿ ਦੇ ਵਹਿਰੂ, ਇੱਕ ਵਾਰੀ ਫਿਰ ਕਹਿ ਦਿਓ ਵਹਿਰੂ, ਰਵਿਦਾਸ ਢਵੰਤਾ ਢੋਰ ਨੀਤ। ਪਰ ਮਹਾਰਾਜ ਕੀ ਕਹਿੰਦੇ, ਤਿੰਨ ਤਿਆਗੀ ਮਾਇਆ, ਤਿੰਨ। ਦੇਖੋ ਇੱਕ ਵਾਰ ਮੁਰਦਾ ਡੰਗਰਾਂ ਨੂੰ ਢੋਂਦਾ, ਦੂਜੇ ਪਾਸੇ ਤਿੰਨ ਤਿਆਗੀ ਮਾਇਆ ਜੀ, ਤਿਆਗੀ ਮਾਇਆ ਜੀ, ਤਿੰਨ ਤਿਆਗੀ ਮਾਇਆ ਜੀ, ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ ਜੀ, ਤਿੰਨ ਤਿਆਗੀ ਮਾਇਆ ਜੀ, ਰਵਤਾ ਟਵੰਤਾ ਟੋਰਨੀ ਤਾ।
ਅੰਤਾ ਟੋਰ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗਤ ਨੇ ਦਰਸ਼ਨ ਪਾਇਆ ਮੁਕਰੀ ਗੱਲ ਕੀ ਇੱਕ ਸਮੇਂ ਫਿਰ ਪਰਮੇਸ਼ਰ ਨੇ ਸੋਚਿਆ ਆਪ ਦੁਬਾਰੇ ਮੈਂ ਮਿਲੇ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਆਪਣੇ ਆਪ ਨੂੰ ਸਵਾਰ ਲਏਗਾ ਨਾਮ ਜਪੇਗਾ ਭਜਨ ਕਰੇਗਾ ਤੈਨੂੰ ਮੈਂ ਮਿਲ ਪਵਾਂਗਾ ਜਦੋਂ ਮੈਂ ਤੈਨੂੰ ਮਿਲ ਪਿਆ ਫਿਰ ਸਾਰਾ ਸੰਸਾਰ ਹੀ ਤੇਰਾ ਇੱਕ ਵਾਰੀ ਕਹਿ ਦੇ ਵਾਹਿਗੁਰੂ ਕਿਉਂਕਿ ਸਾਰਾ ਸੰਸਾਰ ਹੀ ਪਰਮੇਸ਼ੁਰ ਨੇ ਪੈਦਾ ਕੀਤਾ ਉਹ ਇੱਕ ਸਮੇਂ ਪਰਮੇਸ਼ੁਰ ਪੰਡਿਤ ਰੂਪ ਧਾਰਨ ਕਰਕੇ ਭਗਤ ਰਵਿਦਾਸ ਜੀ ਦੇ ਘਰੇ ਆਏ ਕੱਖਾਂ ਦੀ ਬਣੀ ਛਪਰੀ ਸੀ ਅਸੀਂ ਛਾਨਵੀ ਕਹਿ ਦਿੰਦੇ ਹਾਂ ਛੱਪਰ ਸੀ ਪੰਡਿਤ ਰੂਪ ਭਗਵਾਨ ਰੂਪ ਧਾਰਨ ਕਰਕੇ ਭਗਵਾਨ ਪੰਡਿਤ ਰੂਪ ਧਾਰਨ ਕਰਕੇ ਭਗਤ ਰਵਿਦਾਸ ਜੀ ਦੇ ਘਰੇ ਆਏ ਜੁੱਤੀਆਂ ਗਣ ਰਹੇ ਸੀ ਸੂਰਜ ਨਿਕਲ ਚੁੱਕਾ ਸੀ ਲੱਗਿਆ ਕਹਿੰਦੇ ਭਾਗ ਜੀ ਮੇਰੀ ਜੁੱਤੀ ਵਗੈਰਾ ਜਲਦੀ ਪਹੁੰਚ ਕਰ ਦਿਉ ਮੈਂ ਤੀਰਥ ਅਸਥਾਨਾਂ 'ਤੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਘਰ ਗੁਰੂ ਕੀ ਸੰਗਤ ਰਵਿਦਾਸ ਜੀ ਨੇ ਜੁੱਤੀ ਵਗੈਰਾ ਪਹੁੰਚ ਕਰਤੀ ਜਾਂਦੇ ਜਾਂਦੇ ਕਹਿਣ ਲੱਗਿਆ ਮੇਰੇ ਕੋਲ ਇੱਕ ਅਪਾਰਸ ਦਾ ਟੁਕੜਾ ਇਹਨੂੰ ਰੱਖ ਲਓ ਰਸਾਇਣ ਜੀ ਨੂੰ ਕਹਿੰਦੇ ਰਵਿਦਾਸ ਜੀ ਕਹਿੰਦੇ ਪੰਡਿਤ ਜੀ ਜਿੱਥੇ ਰੱਖ ਜਾਓਗੇ ਉੱਥੋਂ ਆ ਕੇ ਚੱਕ ਲੈਣਾ ਉੱਥੋਂ ਆ ਕੇ ਚੱਕ ਲੈਣਾ ਛੱਪਰ ਦੇ ਵਿੱਚ ਛੰਨ ਦੇ ਵਿੱਚ ਅਸੀਂ ਬਹੁਤੇ ਲੋਕ ਪਿੰਡਾਂ ਦੇ ਰਹਿਣ ਵਾਲੇ ਜਗ੍ਹਾ ਖਾਲੀ ਹੁੰਦੀ ਹੈ ਅਤੇ ਅਗਰ ਜਿੱਥੇ ਰੱਖ ਜਾਓਗੇ ਉੱਥੋਂ ਮਾਫ਼ ਕਰਨਾ ਆ ਕੇ ਚੱਕ ਲੈਣਾ ਅਤੇ ਸਤਸੰਗ ਜੀ ਜਦੋਂ ਉਹਦੀ ਛੱਪਰ ਦੀ ਛੱਤ ਦੇ ਵਿੱਚ ਜਿਹੜੀ ਜਗ੍ਹਾ ਖਾਲੀ ਸੀ ਉਹ ਪੰਡਿਤ ਰੂਪ ਭਗਵਾਨ ਸੀ ਜਿਹੜਾ ਭਗਵਾਨ ਪੰਡਿਤ ਰੂਪ ਧਾਰਨ ਕਰਕੇ ਆਇਆ ਸੀ ਉਹ ਰੱਖ ਗਿਆ ਆਪਣੀ ਮੌਤ ਜੁੱਤੀਆਂ ਗੰਢੀ ਜਾਂਦੇ ਇਸ ਵਕਤ ਗੁਜ਼ਰਦਾ ਜਾਂਦਾ ਕਹਿੰਦਾ 6 ਮਹੀਨੇ ਦੇ ਬਾਅਦ ਭਗਵਾਨ ਆਇਆ ਪੰਡਿਤ ਰੂਪ ਦੇ ਵਿੱਚ ਗਏ ਸੀ ਫਿਰ ਆਏ ਅਤੇ ਵੇਖਿਆ ਉਹ ਫਿਰ ਜੁੱਤੀਆਂ ਗੰਢੀ ਜਾਂਦਾ ਇੱਕ ਵਾਰੀ ਕਹਿੰਦੇ ਬਾਹਰ ਇੱਕ ਵਾਰੀ ਫਿਰ ਕਹਿੰਦੇ ਬਾਹਰ ਜਿਹੜੇ ਮਹਾਂਪੁਰਖ ਹੁੰਦੇ ਨੇ ਇਹਨਾਂ ਦੀ ਚਾਲ ਇੱਕੋ ਹੀ ਹੁੰਦੀ ਹੈ ਇੱਕ ਵਾਰੀ ਕਹਿੰਦੇ ਬਾਹਰ ਆਪਾਂ ਦੇਖਿਆ ਇੱਕ ਮੁਸਲਮਾਨ ਫਕੀਰ ਲਿਖਦਾ ਕਹਿੰਦਾ ਕਹਿੰਦਾ ਰਹਿਮਨ ਕਹਿੰਦਾ ਮਨ ਕੇ ਬਹੁਤਕ ਰੰਗ ਹੈ ਮਨ ਕੇ ਬਹੁਤਕ ਰੰਗ ਹੈ ਕਦੇ ਨੀਲਾ ਪਾਲਿਆ ਕਾਲਾ ਪਾਲਿਆ ਇਹ ਕਰ ਲਿਆ ਉਹ ਕਰ ਲਿਆ ਸੋਨਾ ਪਾਲਿਆ ਸੋਨੀ ਮਾਲਾ ਫੜਨੀ ਹੈ ਇਹ ਕਰ ਲਿਆ ਉਹ ਕਰ ਲਿਆ ਪਰ ਉਹ ਰੱਬ ਦੇ ਪਿਆਰੇ ਸਭ ਕੁਛ ਹੁੰਦੇ ਹੋਏ ਇੱਕੋ ਰੰਗ 'ਚ ਰਹਿੰਦੇ ਹਨ ਮਨ ਕੇ ਬਹੁਤਕ ਰੰਗ ਹੈ ਛਿਨ ਛਿਨ ਬਦਲੇ ਸੋਏ ਕਹਿੰਦੇ ਇੱਕੋ ਰੰਗ ਮੇਂ ਜੋ ਰਹੇ ਐਸਾ ਬਿਰਲਾ ਕੋਈ ਜਿਹੜਾ ਇੱਕੋ ਰੰਗ ਦੇ ਵਿੱਚ ਰਹੇ ਮਾਫ਼ ਕਰਨਾ ਰੱਬੀ ਰੰਗ ਦੇ ਵਿੱਚ ਰਹੇ ਪਰਮੇਸ਼ੁਰ ਦੇ ਨਾਮ ਦੇ ਰੰਗ 'ਚ ਰੰਗਿਆ ਰਹੇ ਇਸ ਤਰ੍ਹਾਂ ਕਹਿੰਦੇ ਕੋਈ ਬਿਰਲਾ ਉਹ ਸਤਸੰਗ ਜਦੋਂ ਉਹ ਭਗਵਾਨ ਸੀ ਜਿਹੜਾ ਪੰਡਿਤ ਰੂਪ ਧਾਰਨ ਕਰਕੇ ਆਇਆ ਸੀ ਪਾਰਸ ਦਾ ਸਹਿਣ ਦਾ ਟੁਕੜਾ ਰੱਖ ਗਿਆ ਸੀ ਅਤੇ ਉਹ ਜੁੱਤੀਆਂ ਗੜ੍ਹਦੇ ਵੇਖ ਕੇ ਉਹਨੂੰ ਵੀ ਉਹ ਤੇਰਾ ਭਲਾ ਹੋ ਜਾਵੇ ਤੂੰ ਅਜੇ ਵੀ ਗਰੀਬ ਹੈ ਇੱਕ ਵਾਰੀ ਕਹਿ ਦੇ ਵੈਰ ਇੱਕ ਵਾਰੀ ਫਿਰ ਕਹਿ ਦੇ ਵੈਰ ਉਹਨੂੰ ਵੇਖ ਕੇ ਬੜਾ ਆਰਾਮ ਹੋਇਆ ਵੀ ਅਜੇ ਵੀ ਜੁੱਤੀਆਂ ਗੰਢੀ ਜਾਂਦਾ ਮੈਂ ਤਾਂ ਸੋਚਦਾ ਸੀ ਕਿ ਰਵਿਦਾਸ ਤਾਂ ਬਹੁਤ ਅਮੀਰ ਹੋ ਗਿਆ ਹੁਣ ਜੁੱਤੀਆਂ ਗੰਢਦੇ ਦੇਖ ਕੇ ਅਤੇ ਪਰਮੇਸ਼ਰ ਨੇ ਪੰਡਿਤ ਰੂਪ ਧਾਰਨ ਕਰਕੇ ਆਇਆ ਸੀ ਉਹਨੇ ਪੁੱਛਿਆ ਵੀ ਰਵਿਦਾਸ ਤੈਨੂੰ ਇੱਕ ਵਾਰ ਸਾਈਨ ਦੇ ਗਿਆ ਸੀ ਕਿੱਥੇ ਹੈ ਉਹ ਕਿੱਥੇ ਹੈ ਰਵਿਦਾਸ ਜੀ ਲੱਗੇ ਕਹਿੰਦੇ ਪੰਡਿਤ ਜੀ ਉਹਨਾਂ 6 ਮਹੀਨੇ ਚੱਕੇ ਹੀ ਨਹੀਂ 6 ਮਹੀਨੇ ਉਹਨਾਂ ਦੇਖੇ ਹੀ ਨਹੀਂ ਇੱਕ ਵਾਰੀ ਕਹਿ ਦੇ ਵੈਰ 6 ਮਹੀਨੇ ਉਹਨਾਂ ਦੇਖੇ ਹੀ ਨਹੀਂ ਉਹ ਕਹਿਣ ਲੱਗੇ ਪੰਡਿਤ ਜੀ ਜਿੱਥੇ ਰੱਖ ਕੇ ਸੀ ਉੱਥੋਂ ਚੱਕ ਲਓ ਉੱਥੇ ਬਈ ਹੋਣੀ ਜਿੱਥੇ ਰੱਖ ਕੇ ਸੀ ਉਹ ਜੇ ਛੱਪਰ ਦੇ ਉੱਤੇ ਹੱਥ ਮਾਰਿਆ ਜਿਹੜਾ ਜਾਲਾ ਵਗੈਰਾ ਲੱਗਾ ਹੁੰਦਾ ਸੀ ਉਹਨੂੰ ਵੈਰ ਵੈਲਦਾ ਟੂਮੀ ਉਹਦੇ ਉੱਤੇ ਜਾਲੇ ਜੰਮੇ ਉਹ ਜਦੋਂ ਰਸਾਇਣ ਵੇਖ ਕੇ ਪਰਮੇਸ਼ੁਰ ਬੜਾ ਹੈਰਾਨ ਹੋਇਆ ਕਹਿੰਦਾ ਉਹ ਭੋਲਿਆ ਤੈਨੂੰ ਤਾਂ ਬਹੁਤ ਅਮੀਰ ਹੋ ਜਾਣਾ ਚਾਹੀਦਾ ਸੀ ਕਹਿਣ ਲੱਗਾ ਤੈਨੂੰ ਪਤਾ ਕੀ ਚੀਜ਼ ਹੈ ਉਹ ਕਹਿਣ ਲੱਗਾ ਕੀ ਇਹ ਕੀ ਹੈ ਉਸ ਮੌਕੇ ਉਹਨੇ ਆਖਿਆ ਰਸਾਇਣ ਰਸਾਇਣ ਆਖਿਆ ਫਿਰ ਇਹ ਕੀ ਕਰਦੀ ਹੈ ਇਹ ਕੀ ਕੰਮ ਕਰਦੀ ਹੈ ਇਹ ਕੀ ਗੁਣ ਹੈ ਇੱਕ ਵਾਰੀ ਕਹਿੰਦੇ ਵੈਰੂ ਇਹਦੇ 'ਚ ਕੀ ਸਿਫਤ ਹੈ ਅਤੇ ਪੰਡਿਤ ਰੂਪੀ ਭਗਵਾਨ ਪੰਡਿਤ ਰੂਪ ਦੇ ਰੂਪੀ ਜੋ ਭਗਵਾਨ ਆਇਆ ਸੀ
ਉਹਨੇ ਆਖਿਆ ਰਵਿਦਾਸ ਅੱਠਾਂ ਤਾਤਾਂ ਨੂੰ ਸੋਨਾ ਬਣਾ ਕੇ ਰੱਖ ਦਿੰਦੀ। ਕਹਿੰਦਾ ਲਿਆ ਤੈਨੂੰ ਮੈਂ ਦੱਸਾਂ ਦੇ ਕੀ ਗੁਣ ਨੇ। ਅਤੇ ਉਹ ਸਾਸੋਂ ਦੀਆਂ ਜਿਹੜੀਆਂ ਜੁੱਤੀਆਂ ਗੰਢਾਂ ਵਾਲਾ ਸਮਾਨ ਸੀ, ਰੰਬੀ ਸੀ, ਠੁਕਟਕੀ ਸਮਾਨ ਸੀ, ਉਹ ਥੋੜ੍ਹੀ ਹੁੰਦੀ ਛੁੱਟੀ ਜੀ ਜਿੱਦਾਂ ਮੇਖਾ ਵਗੈਰਾ ਠੁਕਦੇ ਜੁੱਤੀ 'ਚ, ਅਤੇ ਉਹ ਸਾਰੇ ਦਾ ਸਾਰਾ ਸਮਾਨ ਕਹਿੰਦੇ ਇੱਧਰ ਲਿਆ। ਅਤੇ ਉਹ ਜਿਹਨੂੰ ਰਸਾਇਣ ਕਹਿ ਲਓ, ਪਾਰਸ ਕਹਿ ਲਓ, ਜੋ ਟੱਚ ਕੀਤੀ ਛਵਾਈ, ਉਹ ਸਾਰਾ ਸੋਨਾ ਬਣ ਗਿਆ। ਸੂਆ ਵੀ ਸੋਨੇ ਦਾ ਬਣ ਗਿਆ। ਸੂਆ ਜਿਹਦੇ ਜੁੱਤੀ ਗੱਠੀ ਜਾਂਦੀ ਧਾਗਾ ਪਾ ਕੇ, ਧਾਗਾ ਪਾ ਕੇ ਉਹ ਸਾਰਾ ਸੋਨਾ ਨਰਮ ਹੁੰਦਾ, ਸੋਨਾ ਨਰਮ ਹੁੰਦਾ ਇੱਕ ਵਾਰੀ ਕਹਿ ਦੇ ਬਹਿਰੂ। ਅਤੇ ਉਹ ਨਰਮ ਜਿਹੜਾ ਸੋਨੇ ਦਾ ਸੂਆ ਜਿਹੜਾ, ਉਹ ਸਤਸੰਗ ਜੀ ਉਹ ਚਮੜੇ ਦੇ ਵਿੱਚੋਂ ਸ਼ੇਕ ਨਹੀਂ ਕਰ ਸਕਦਾ। ਉਸ ਮੌਕੇ ਰਵਿਦਾਸ ਜੀ ਨੇ ਰੋਣਾ ਸ਼ੁਰੂ ਕਰਤਾ। ਆਖਿਆ ਜਾ ਬਾਹਮਣਾ ਜਿਹਾ, ਜਾ ਪੰਡਤਾ ਜਿਹਾ, ਤੂੰ ਤਾਂ ਮੇਰਾ ਕੰਮ ਹੀ ਖਰਾਬ ਕਰਤਾ। ਮੈਂ ਜੁੱਤੀਆਂ ਕਿਵੇਂ ਗੰਢਾਂਗਾ, ਮੈਂ ਜੁੱਤੀਆਂ ਕਿਵੇਂ ਗੰਢਾਂਗਾ। ਆਹ ਦੇਖ, ਆਹ ਜਿਹੜੀ ਹਥੌੜੀ ਹੈ ਵੀ ਸੋਨੇ ਦੀ ਬਣਾਤੀ, ਜਿਹਨੂੰ ਹੈਂਬਰ ਕਹਿੰਦੇ ਨੇ, ਆਹ ਮਤਲਬ ਮੁੱਕਦੀ ਗੱਲ ਕੀ, ਚਿੱਪੀ ਸਤਸੰਗ ਰੰਬੀ ਜਿਹਦਾ ਚਮੜਾ ਕੱਟਿਆ ਜਾਂਦਾ, ਇਹਦਾ ਸਾਰਾ ਸੋਨਾ ਬਣ ਗਿਆ। ਮਾਫ ਕਰਨ ਤੋਂ ਮੇਰਾ ਕੰਮ ਖਰਾਬ ਕਰਤਾ, ਮੁੱਕਦੀ ਗੱਲ ਕੀ। ਉਸ ਮੌਕੇ ਰਵਿਦਾਸ ਨੇ ਆਖਿਆ ਜੀ, ਪੰਡਿਤ ਜੀ ਤੁਹਾਡੀ ਸੈਨ ਦੇ ਵਿੱਚ, ਤੁਹਾਡੀ ਪਾਰਸ 'ਚ ਕੋਈ ਹੋਰ ਗੁਣ ਵੀ ਹੈ, ਇੱਕ ਵਾਰੀ ਕਹਿ ਦੇ ਮੈਂ। ਇੱਧਰ ਪੰਜਵੇਂ ਪਾਤਸ਼ਾਹ ਕਹਿੰਦੇ, ਜੋ ਮੰਗ ਹੈ ਸੋਈ ਸੋਈ ਭਾਵ ਹੈ, ਸੇਵ ਹਰ ਕੇ ਚਰਨ ਰਸਾਇਣ। ਰਸਾਇਣ ਕਹਿੰਦੇ ਪਾਰਸ ਨੂੰ, ਵਾਹਿਗੁਰੂ ਪਰਮੇਸ਼ਵਰ ਦਾ ਨਾਮ, ਉਹ ਪਾਰਸਾਂ ਦਾ ਪਾਰਸ ਹੈ। ਉਸ ਮੌਕੇ ਪੰਡਿਤ ਨੇ, ਪਰਮੇਸ਼ਰ ਨੇ ਆਖਿਆ, ਰਵਿਦਾਸ ਇਹਦੇ 'ਚ ਹੋਰ ਗੁਣ ਕੀ ਹੈ, ਅੱਠਾਂ ਤਾਤਾਂ ਨੂੰ ਸੋਨਾ ਬਣਾ ਕੇ ਰੱਖ ਦਿੰਦਾ ਛੋਟਾ ਗੁਣ। ਉਸ ਮੌਕੇ ਰਵਿਦਾਸ ਜੀ ਨੇ ਆਖਿਆ, ਪੰਡਿਤ ਜੀ ਛੱਡੋ ਪਰਾਂ, ਕਿਹੜੀ ਝੂਠੀ ਗੱਲ ਰਸਾਇਣ ਦੀ ਗੱਲ ਕਰਦੇ ਤੁਸੀਂ। ਆਖਿਆ ਕੀ ਗੱਲ? ਆਖਿਆ ਮੇਰੇ ਕੋਲ ਇੱਕ ਸੱਚੀ ਅਤੇ ਸੋਚੀ ਸੈਨ ਹੈ। ਦੇਖੋ ਭਗਤ ਭਗਵਾਨ ਨੂੰ ਕਹਿ ਰਿਹਾ, ਮੇਰੇ ਕੋਲ ਇੱਕ ਸੱਚੀ ਅਤੇ ਸੁੱਚੀ ਸੈਨ ਹੈ। ਉਹ ਉਸ ਮੌਕੇ ਸਤਸੰਗ ਜੀ ਰਵਿਦਾਸ ਨੇ ਪੁੱਛਿਆ, ਰਵਿਦਾਸ ਨੂੰ ਪਰਮੇਸ਼ਰ ਨੇ ਪੁੱਛਿਆ, ਕਿਹੜੀ ਸੈਨ ਹੈ? ਆਖਿਆ ਸੀ, ਪੰਡਿਤ ਜੀ ਮੇਰੇ ਕੋਲ ਇੱਕ ਸੱਚੀ ਅਤੇ ਸੁੱਚੀ ਸੈਨ ਹੈ, ਜਿਹੜੀ ਬੰਦੇ ਨੂੰ ਰੱਬ ਬਣਾ ਕੇ ਰੱਖ ਦਿੰਦੀ ਹੈ, ਜਿਹੜੀ ਬੰਦੇ ਨੂੰ ਰੱਬ ਬਣਾ ਕੇ ਰੱਖ ਦਿੰਦੀ ਹੈ। ਮੁੱਕਦੀ ਗੱਲ ਕੀ? ਉਹ ਹੈ ਪਰਮੇਸ਼ਰ ਦਾ ਨਾਮ, ਉਹ ਹੈ ਪਰਮੇਸ਼ਰ ਦਾ ਨਾਮ। ਮੁੱਕਦੀ ਗੱਲ ਕੀ? ਉਹ ਰਸਾਇਣ ਹੈ ਤਾਂ ਤੂੰ ਮੈਨੂੰ ਦੱਸ। ਤਦੇ ਕਬੀਰ ਜੀ ਨੇ ਕਿਹਾ ਸੀ, ਤੂੰ ਤੂੰ ਕਰਤਾ ਤੂੰ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਦ ਦੇਖੂ ਤਾਂ ਤੂੰ। ਸਤਸੰਗ ਜੀ ਅਲਲਤਾ ਕਹਿੰਦੇ, ਛੋਟੇ ਛੋਟੇ ਦਰਿਆਵਾਂ ਨੂੰ, ਛੋਟੇ ਛੋਟੇ ਨਾਲਿਆਂ ਨੂੰ, ਕਬੀਰ ਜੀ ਦੀ ਇੱਕ ਤਾਂ ਬਾਣੀ ਆਉਂਦੀ ਹੈ, ਕਹਿੰਦੇ ਨੇ ਕਿ ਜਿਹੜੇ ਜਿਹੜੀ ਲਲਤਾ, ਜਿਹੜੀ ਸਰਤਾ ਵੀ ਕਹਿ ਦਿੰਦੇ ਆ, ਜਿਹੜੇ ਛੋਟੇ ਛੋਟੇ ਨਾਲੇ ਨੇ ਉਹਨਾਂ ਨੂੰ ਕਹਿੰਦੇ ਸੰਗ, ਉਹਨਾਂ ਨੂੰ ਸੰਗਤ ਮਿਲ ਗਈ ਗੰਗਾ ਦੀ। ਉਹ ਜਿਵੇਂ ਬਾਰਿਸ਼ ਪੈਂਦਾ ਪੈਂਦੀ ਹੈ, ਆਪਾਂ ਜਾਂਦੇ ਹਾਂ ਸੜਕਾਂ ਤੋਂ ਪਾਣੀ ਜਾਂਦਾ, ਗੰਧਲਾ ਪਾਣੀ ਜਾਂਦਾ, ਪਰ ਜੋ ਜਾ ਕੇ ਦਰਿਆ 'ਚ ਮਿਲ ਜਾਂਦਾ, ਸਮੁੰਦਰ 'ਚ ਮਿਲ ਜਾਂਦਾ, ਉਹ ਪਾਣੀ ਉਹ ਦਰਿਆ ਦਾ ਰੂਪ ਬਣ ਜਾਂਦਾ, ਇੱਕ ਵਾਰੀ ਕਹਿ ਦੇ ਬਹਿਰ ਉਹ ਸ਼ੁੱਧ ਹੋ ਜਾਂਦਾ। ਇਸ ਤਰ੍ਹਾਂ ਕਹਿੰਦੇ ਕਹਿੰਦੇ ਉਹ ਲਲਤਾ ਨੂੰ ਸੰਗਤ ਮਿਲ ਗਈ। ਕਿਹਦੀ ਮਿਲ ਗਈ? ਕਹਿੰਦੇ ਉਹਨੂੰ ਸੰਗਤ ਮਿਲ ਗਈ ਗੰਗਾ ਦੀ। ਉਹ ਗੰਗਾ 'ਚ ਮਿਲ ਕੇ ਉਹ ਗੰਗਾ ਦੇ ਰੂਪ ਬਣ ਗਏ। ਅੱਗੇ ਕੀ ਕਹਿੰਦੇ? ਸੰਤਨ ਸੰਗ ਪੀਰਾ ਬਿਗੜਿਓ। ਕਹਿੰਦੇ ਮੈਨੂੰ ਸੰਤਾਂ ਦੀ ਸੰਗਤ ਮਿਲ ਗਈ। ਕਹਿੰਦੇ ਸੰਤਾਂ ਦੀ ਸੰਗਤ ਨੇ ਕਬੀਰ ਨੂੰ ਰੱਬ ਹੀ ਬਣਾ ਦਿੱਤਾ, ਰੱਬ ਤੋਂ ਪਰੇ ਹੋਰ ਕੁਛ ਹੈ ਨਹੀਂ। ਹਾਂ, ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰਾ ਰਾਮੇ ਹੋਏ ਨਿਭਰਿਓ। ਕਹਿੰਦੇ ਉਸ ਸੰਗਤ ਨੇ ਭਗਤ ਕਬੀਰ ਜੀ ਨੂੰ ਕੀ ਕਹਿੰਦੇ? ਕਹਿੰਦਾ ਮੈਨੂੰ ਫਿਰ ਉਹਨੇ ਰੱਬ ਦਾ ਰੂਪ ਹੀ ਬਣਾਤਾ, ਰੱਬ ਹੀ ਬਣਾਤਾ। ਇੱਧਰ ਵਿਚਾਰ ਚੱਲੀ ਸੀ, ਭਗਵਾਨ ਨੇ ਆਖਿਆ, ਰਵਿਦਾਸ ਤਾਂ ਭਾਵੇਂ ਤੇਰੀ ਕੋਈ ਇੱਛਾ ਨਹੀਂ ਰਹੀ, ਪਰ ਤੇਰੇ ਰਾਹੀਂ ਤਾਂ ਬੜੀ ਦੁਨੀਆ ਦਾ ਭਲਾ ਹੋਣਾ ਹੈ। ਇੱਕ ਵਾਰੀ ਕਹਿ ਦੇ ਵੈਰ, ਤੇਰੇ ਰਾਹੀਂ ਤਾਂ ਬਹੁਤ ਦੁਨੀਆ ਦਾ ਭਲਾ ਹੋਣਾ। ਧਰਮਸ਼ਾਲਾ ਬਣਾਓ, ਦੋਨੋਂ ਸਮੇਂ ਹਰੀ ਜਸਰੀ ਕੀਰਤਨ ਕਰੋ, ਜਿਵੇਂ ਆਪ ਜੁੜੇ ਹੋਰਨਾਂ ਨੂੰ ਜੋੜਾ। ਸੀਖ ਤਰੇ ਸੰਸਾਰ ਤੇ ਚਕੀ, ਸੀਖ ਤਰੇ, ਸੀਖ ਤਰੇ ਸੰਸਾਰ ਤੇ ਚਕੀ, ਸਿੱਖ ਤਰੇ ਤੁਮ ਪਾਰ ਤੇ ਜਗੀ ਜੀਤ ਤਰੇ,
ਨਿਰੰਤਰ ਬਸੇ ਨਿਰੰਕਾਰ ਤਿਸ ਕੀ ਸਿੱਖ ਤਰੇ ਸੰਸਾਰ। ਇੱਧਰ ਬਾਬਾ ਫਰੀਦ ਦੀ ਮਾਈ ਫਰੀਦ ਨੂੰ ਕਹਿੰਦੀ, ਬੇਟਾ ਰਾਤੀ ਕੀਰਤਨ ਗੱਲ ਚੱਲੀ ਸੀ, ਅੱਲਾ ਦੀ ਕਰ ਬੰਦਗੀ, ਅੱਲਾ ਦੀ ਕਰ ਬੰਦਗੀ, ਅੱਲਾ ਦੀ ਕਰ। ਅੱਲਾ ਦੀ ਕਰ ਬੰਦਗੀ, ਅੱਲਾ ਦੀ ਕਰ ਬੰਦਗੀ, ਜਲਦੀ ਲਾਏ ਕਰ ਬੰਦਗੀ, ਅੱਲਾ ਦੀ ਕਰ ਬੰਦਗੀ, ਜਲਦੀ ਲਾਏ ਪਹਿਲੀ ਤੁੱਕ ਦੇ ਵਿੱਚ ਕਿਹਾ, ਰੱਬ ਦੀ ਬੰਦਗੀ ਕਰ, ਦਿਲ ਦੇ ਭੁਲੇਖੇ ਨੂੰ ਦੂਰ ਕਰ। ਦੁਨੀਆਂ ਦੇ ਵਿੱਚ ਬਹੁਤੇ ਲੋਕ ਇਹੋ ਜਿਹੇ ਦੇਖੇ ਨੇ, ਦੁੱਖਾਂ ਦੇ ਸਮੇਂ ਥੋੜ੍ਹਾ ਜਿਹਾ ਦੁੱਖ ਆਇਆ, ਬੜੇ ਬੜੇ ਨਾਸਤਿਕ ਬਣਦੇ ਵੇਖੇ ਨੇ। ਕਹਦੇ ਵਾਹਿਗੁਰੂ, ਅਸੀਂ ਨਾਮ ਵੀ ਜਪਦੇ ਹਾਂ, ਅਸੀਂ ਭਜਨ ਵੀ ਕਰਦੇ ਹਾਂ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਪਰ ਜਦੋਂ ਦੁੱਖਾਂ ਦਾ ਸਮਾਂ ਆਉਂਦਾ, ਬੜੇ ਬੜੇ ਬੰਦੇ ਪ੍ਰਸ਼ਾਸਨ ਨੇਤਨ ਵੀ ਛੱਡ ਜਾਂਦੇ ਹਨ। ਮੇਰਾ ਬਹੁਤੀ ਦੁਨੀਆਂ ਨਾਲ ਵਾਹ ਪੈਂਦਾ ਨਿੱਤ ਰੋਜ਼ ਦੀ ਦੁਨੀਆਂ ਦੇ ਵਿੱਚ, ਮਾਫ਼ ਕਰਨਾ ਗੁਰੂ ਕੀ ਸੰਗਤ। ਖੈਰ ਇੱਧਰ ਨਾ ਜਾਵਾਂ, ਇੱਧਰ ਸਤਸੰਗ ਜੀ ਅਗਲੀ ਤੁੱਕ ਜੀ ਕੀ ਕਹਿੰਦੇ, ਦਰਵੇਸਾਂ ਨੂੰ ਲੋੜੀਏ, ਟਰਾਈ ਟੂ ਫੋਲੋ ਇਟ। ਇੱਕ ਵਾਰੀ ਕਹਦੇ ਵਾਹਿਗੁਰੂ, ਜਿਵੇਂ ਅਸੀਂ ਕਹਿੰਦੇ ਹਾਂ, ਅਸੀਂ ਤਾਂ ਰੋਜ਼ ਗੁਰਦੁਆਰੇ ਜਾਂਦੇ ਹਾਂ ਜੀ, ਸਾਡਾ ਤਾਂ ਕਾਕਾ ਹੀ ਫੇਲ ਹੋ ਗਿਆ, ਕਾਕਾ ਪੜ੍ਹਦਾ ਕਾਕਾ ਪਾਸ ਹੋ ਜਾਂਦਾ। ਅਸੀਂ ਤਾਂ ਰੋਜ਼ ਹੀ ਗੁਰਦੁਆਰੇ ਜਾਂਦੇ ਹਾਂ ਜੀ, ਸਾਡੇ ਮੁੰਡੇ ਤਾਂ ਜੋਬ ਵੀ ਨਹੀਂ ਮਿਲਦੀ ਜੀ। ਅਸੀਂ ਤਾਂ ਰੋਜ਼ ਹੀ ਗੁਰਦੁਆਰੇ ਜਾਂਦੇ ਹਾਂ ਜੀ, ਸਾਡੇ ਘਰ ਤੋਂ ਬਿਮਾਰੀ ਨਹੀਂ ਨਿਕਲਦੀ, ਅਸੀਂ ਤਾਂ ਰੋਜ਼ ਗੁਰਦੁਆਰੇ ਜਾਂਦੇ ਹਾਂ ਜੀ, ਸਾਡਾ ਤਾਂ ਫਲਾਣਾ ਕੰਮ ਨਹੀਂ ਹੁੰਦਾ। ਨਹੀਂ, ਬੜੇ ਬੜੇ ਇਹੋ ਜਿਹਾ ਸਮੇਂ ਨਾਸਤਿਕ ਬਣਦਾ ਦੇਖੇ ਹਨ। ਪਰ ਫਰੀਦ ਦੀ ਮਾਂ ਕਹਿੰਦੀ, ਬੇਟਾ ਰੱਬ ਦੀ ਬੰਦਗੀ ਕਰਕੇ ਸਭ ਕੁਛ ਮਿਲਦਾ ਹੈ। ਇੱਕ ਵਾਰੀ ਕਹਿ ਦੇ, ਪਰਮੇਸ਼ੁਰ ਦਾ ਭਜਨ ਕਰਿਆ ਸਭ ਕੁਛ ਮਿਲਦਾ ਹੈ। ਫਰੀਦ, ਪਰ ਦਿਲ ਦੇ ਭਰਮ ਭੁਲੇਖੇ ਵਹਿਮ ਦੂਰ ਕਰ। ਅਗਲੀ ਤੁੱਕ ਜੀ ਕੀ ਕਹਿੰਦੀ, ਕਹਿੰਦੀ ਇਹੀ ਗੱਲ ਨਹੀਂ ਕਰਨੀ ਪੈਣੀ, ਆਹ ਵੀ ਕਰਨਾ ਪੈਣਾ। ਕਿਹੜਾ? ਦਰਵੇਸਾਂ ਨੂੰ ਲੋੜੀਏ। ਦਰਵੇਸ਼ ਕਹਿੰਦੇ ਨੇ ਫਕੀਰ, ਲੋੜੀਏ ਕਹਿੰਦੇ ਨੀਡ, ਜ਼ਰੂਰਤ। ਫਕੀਰਾਂ ਨੂੰ ਜ਼ਰੂਰਤ ਹੈ ਕਿਹੜੀ ਗੱਲ ਦੀ? ਪੜ੍ਹਿਆ ਕਰੋ ਸਤਸੰਗ ਜੀ, ਦਰਵੇਸਾਂ ਨੂੰ ਲੋੜੀਏ, ਦਰਵੇਸਾਂ ਨੂੰ ਲੋੜੀਏ। ਰੁੱਖਾਂ ਦੀ ਜੀਰਾਂਦ, ਰੁੱਖਾਂ ਵੱਲ ਜੀਰਾਂਦ ਕਹਿੰਦੇ ਜਿਗਰਾ। ਦਰਖਤ ਨੂੰ ਕੋਈ ਕੱਟੀ ਜਾਂਦਾ, ਕੋਈ ਵੱਢੀ ਜਾਂਦਾ, ਕੋਈ ਫਲ ਤੋੜਦਾ, ਸਿਰੇ ਪੰਜਾਬ ਤੁਰਿਆ ਜਾਂਦਾ। ਛੋਟੇ ਛੋਟੇ ਬੱਚੇ ਸਾਸਮ ਬੇਰੀ ਦੇ ਉੱਤੇ ਬੇਰ ਲੱਗੇ ਨੇ, ਇੱਟ ਪੱਥਰ ਮਾਰਦੇ ਨੇ ਪੈ। ਇੱਕ ਵਾਰੀ ਕਹਦੇ ਵਾਹਿਗੁਰੂ, ਇੱਟ ਪੱਥਰ ਮਾਰਦੇ ਨੇ ਪੈ ਛੋਟੇ ਛੋਟੇ ਗਰੀਬਾਂ ਦੇ ਬੱਚੇ। ਇਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ। ਇੱਕ ਵਾਰੀ ਕਹਦੇ ਵਾਹਿਗੁਰੂ, ਦਇਆ ਨੂੰ ਧਰਮ ਦਾ ਮੂਲ ਮੰਨਿਆ ਹੈ। ਕਹਿੰਦੇ ਜਦ ਇੱਟ ਪੱਥਰ ਮਾਰ ਰਹੇ ਨੇ, ਅਤੇ ਇੱਟ ਪੱਥਰ ਮਾਰਦੇ ਮਾਰਦੇ ਮੁੱਕਦੀ ਗੱਲ ਕੀ, ਇੱਕ ਬੱਚੇ ਨੇ ਜਦੋਂ ਇੱਟ ਮਾਰੀ, ਪੱਥਰ ਮਾਰਿਆ, ਰੋੜਾ ਕਹਿ ਲਓ ਸਤਸੰਗ ਜੀ, 50 ਗ੍ਰਾਮ 100 ਗ੍ਰਾਮ ਦਾ ਉਹ ਰੋੜਾ ਨਾ ਸ਼ੇਰੇ ਪੰਜਾਬ ਦੇ ਨਾ ਸਤਸੰਗ ਕੰਧੇ ਦੇ ਉੱਤੇ ਵੱਜਿਆ। ਸ਼ੇਰੇ ਪੰਜਾਬ ਨੇ ਵਜ਼ੀਰਾਂ ਨੂੰ ਆਖਿਆ, ਇਹਨਾਂ ਬੱਚਿਆਂ ਬੁਲਾਉਣਾ, ਇਹਨਾਂ ਸਾਰਿਆਂ ਨੂੰ ਨਾ ਮੇਰੇ ਸਾਹਮਣੇ ਪੇਸ਼ ਕਰੋ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ 150 ਬੱਚਾ ਪੇਸ਼ ਕੀਤਾ ਗਿਆ, ਤਾਂ ਸ਼ੇਰੇ ਪੰਜਾਬ ਕਹਿੰਦਾ ਨਾ ਮਾਰੋ 10-10 ਥੱਪੜ, ਮੇਰੇ ਇਹਨਾਂ ਰੋੜਾ ਮਾਰਿਆ, ਪੱਥਰ ਮਾਰਿਆ। ਪਰ ਉਹਨੇ ਕਹਿੰਦਾ ਪੁੱਛ ਲੈਣਾ ਚਾਹੀਦਾ। ਅਤੇ ਉਸ ਮੌਕੇ ਸਤਸੰਗ ਸ਼ੇਰੇ ਪੰਜਾਬ ਨੇ ਕਿਹਾ, ਤੁਸੀਂ ਮੇਰੇ ਪੱਥਰ ਮਾਰਿਆ, ਪੱਥਰ ਕਿਉਂ ਮਾਰਿਆ? ਉਹਨੇ ਸ਼ੇਰੇ ਪੰਜਾਬ ਨੂੰ ਆਖਿਆ, ਮਹਾਰਾਜ ਤੁਹਾਡੇ ਥੋੜ੍ਹਾ ਮਾਰਿਆ ਸੀਗਾ, ਆਖਿਆ ਸੀ ਤਾਂ ਬੇਰੀ ਦੇ ਮਹਾਰਾਜ ਸੀਗੇ। ਮੁੱਕਦੀ ਗੱਲ ਕੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ, ਬੇਰੀ ਤੁਹਾਨੂੰ ਕੀ ਦਿੰਦੀ ਹੈ? ਬੱਚਿਆਂ ਆਖਿਆ ਜੀ, ਬੇਰੀ ਸਾਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ। ਸ਼ੇਰੇ ਪੰਜਾਬ ਕਹਿੰਦਾ, ਵਜ਼ੀਰਾਂ ਨੂੰ ਤੇਰੇ ਸ਼ੇਰੇ ਪੰਜਾਬ ਨਾਲ ਤਾਂ ਬੇਰੀ ਚੰਗੀ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਬੇਰੀ ਚੰਗੀ ਜਿਹੜੀ ਪੱਥਰ ਖਾ ਕੇ ਵੀ, ਇੱਟ ਪੱਥਰ ਖਾ ਕੇ, ਰੋੜੇ ਖਾ ਕੇ ਵੀ ਮਿੱਠੇ ਮਿੱਠੇ ਬੇਰ ਦਿੰਦੀ ਹੈ।
ਮਹਾਰਾਜ ਰਣਜੀਤ ਸਿੰਘ ਕਿਹਾ ਇਹਨਾਂ ਇਹਨਾਂ ਸਾਰੇ ਬੱਚਿਆਂ ਨੂੰ ਪੰਜ ਪੰਜ ਸੋਨੇ ਦੀਆਂ ਮੋਹਰਾਂ ਅਤੇ ਇਹਨਾਂ ਬੱਚਿਆਂ ਦੇ ਪਰਿਵਾਰਾਂ ਨੂੰ ਪੰਜ ਪੰਜ ਪਿੰਡ ਜਗੀਰ ਵਜੋਂ ਉਹਨਾਂ ਦੇ ਨਾਲ ਆਤੇ ਜਾਣ ਖਾਲਸਾ ਜੀ। ਕਹਿੰਦਾ ਸ਼ੇਰੇ ਪੰਜਾਬ ਨਾਲੋਂ ਤਾਂ ਬੇਰੀ ਚੰਗੀ। ਇੱਧਰ ਫਰੀਦ ਦੀ ਮਾਂ ਕਹਿੰਦੀ ਜੇ ਰੱਬ ਦਾ ਭਜਨ ਕਰਨਾ ਨਾ ਰੁੱਖਾਂ ਵਰਗਾ ਜਿਗਰਾ, ਕੋਈ ਵੱਢਦਾ, ਕੋਈ ਟੁੱਕਦਾ, ਕੋਈ ਢੇਵਾ ਮਾਰਦਾ, ਕੋਈ ਇੱਟ ਪੱਥਰ ਮਾਰਦਾ। ਦਰਵੇ ਸਾਨੂੰ ਲੋੜੀ ਹੈ, ਦਰਵੇ ਸਾਨੂੰ ਲੋੜੀ ਹੈ, ਦਰਵੇ ਸਾਨੂੰ ਮਾਂ ਨੇ ਦ੍ਰਿੜ ਕਰਵਾ ਦਿੱਤਾ ਇਹੋ ਜਿਹਾ ਜਿਗਰੇ ਹੋਣੇ ਚਾਹੀਦੇ ਹਨ। ਦਰਵੇਸ਼ ਚੰਦ ਮੁੱਕਦੀ ਗੱਲ ਕੀ ਆਖਿਆ, ਖੁਦਾ ਦਾ ਭਜਨ ਕਰਿਆ ਕਰ, ਵਹਿਰ ਦਾ ਨਾਮ ਜਪਿਆ ਕਰ। ਛੋਟੀ ਉਮਰ ਹੈ, ਪੰਜ ਸਾਲ ਦੀ ਉਮਰ, ਮਾਂ ਖੁਦਾ ਕੀ ਦਿੰਦਾ, ਵਹਿਰੂ ਕੀ ਦਿੰਦਾ। ਜਿਵੇਂ ਅੱਜ ਕੱਲ੍ਹ ਦੇ ਬੱਚੇ ਸਵੀਟਾਂ ਨੂੰ ਬੜੇ ਦੌੜਦੇ ਹਨ, ਉੱਥੇ ਜ ਬੈਠਣ ਦਾ ਸਿਰਫ ਇੱਕੋ ਹੀ ਕਾਰਨ ਹੁੰਦਾ ਹੈ, ਇੱਕ ਵਾਰੀ ਕਹਿ ਦੇ ਵਹਿਰੂ। ਬੱਚੇ ਛੋਟੇ ਛੋਟੇ ਆਉਂਦੇ ਹਨ, ਬਹੁਤੇ ਬੱਚੇ ਤਾਂ ਇਸੇ ਲਾਲਚ ਨੂੰ ਆਉਂਦੇ ਹਨ ਗੁਰੂ ਕਰਕੇ, ਉੱਥੇ ਸਵੀਟਾਂ ਮਿਲਣਗੀਆਂ, ਕਹਿ ਦੇ ਵਹਿਰੂ। ਇਹ ਲਾਉਣ ਦੇ ਤਰੀਕੇ ਹਨ, ਕਹਿ ਦੇ ਵਹਿਰੂ। ਉਹ ਮੁੱਕਦੀ ਗੱਲ ਕੀ, ਫਰੀਦ ਦੀ ਮਾਂ ਕਹਿੰਦੀ ਬੇਟਾ ਜਿਹੜੇ ਖੁਦਾ ਦਾ ਨਾਮ ਜਪਦੇ ਹਨ, ਖੁਦਾ ਉਹਨਾਂ ਦੇ ਖਾਣ ਵਾਸਤੇ ਗੁੜ ਦੀਆਂ ਭੇਲੀਆਂ, ਗੁੜ ਦੀਆਂ ਰੋੜੀਆਂ ਦਿੰਦਾ ਉਹਨਾਂ ਨੂੰ। ਆਖਿਆ ਅੱਛਾ ਮਾਂ। ਮੁੱਕਦੀ ਗੱਲ ਕੀ, ਸਤਸੰਗ ਜੀ ਫਰੀਦ ਨੇ ਦੀ ਮਾਂ ਨੇ ਅਸੀਂ ਆਸਣ ਕਹਿ ਦਿੰਦੇ ਹਾਂ, ਮੁਸਲਮਾਨ ਭਰਾ ਮਸੱਲਾ ਕਹਿ ਦਿੰਦੇ ਨੇ, ਅਸੀਂ ਮਾਲਾ ਕਹਿ ਦਿੰਦੇ ਹਾਂ, ਉਹ ਤਸਵੀਰ ਕਹਿ ਦਿੰਦੇ ਨੇ। ਛੋਟੀ ਜਿਹੀ ਤਸਵੀਰ ਹੱਥ 'ਚ ਫੜਾਤੀ, ਉਹਨੂੰ ਸਮਝਾਉਂਦੀ ਹੈ ਇਵੇਂ ਅੱਲਾ ਅੱਲਾ ਕਰ ਜਾਂ ਖੁਦਾ ਖੁਦਾ ਕਰ। ਅਤੇ ਜਦੋਂ ਅੱਧਾ ਘੰਟਾ ਗੁਜ਼ਰਿਆ, ਮਾਂ ਨੇ, ਹਾਲਾਂਕਿ ਮਾਂ ਦੀ ਚਾਲ ਸੀ, ਇੱਕ ਵਾਰੀ ਕਹਿ ਦੇ ਵਹਿਰੂ, ਮਾਂ ਆਪਣੇ ਬੱਚੇ ਨੂੰ ਜੋ ਚਾਹੇ ਬਣਾ ਸਕਦੀ ਹੈ। ਮੁੱਕਦੀ ਗੱਲ ਕੀ, ਸਤਸੰਗ ਜੀ ਜਦੋਂ ਅੱਧਾ ਘੰਟਾ ਗੁਜ਼ਰਿਆ ਅਤੇ ਮਾਂ ਨੇ ਇੱਕ ਕੌਲੀ ਲੈ ਕੇ, ਕਟੋਰੀ ਲੈ ਕੇ, ਕਟੋਰੀ 'ਚ ਸੱਕੜ ਦੀਆਂ ਗੁੜ ਦੀਆਂ ਰੋੜੀਆਂ ਰੱਖ ਦਿੱਤੀਆਂ। ਅਤੇ ਫਰੀਦ ਨੂੰ ਕਹਿੰਦੀ, ਵੇ ਬੇਟਾ ਨੇਤਰ ਖੋਲ੍ਹ ਕੇ ਦੇਖ, ਤੱਕ ਤੇਰੇ ਖੁਦਾ ਨੇ ਤੇਰੇ ਵਾਸਤੇ ਆ ਸੱਕਰ ਦੀਆਂ ਰੋੜੀਆਂ, ਗੁੜ ਦੀਆਂ ਭੇਲੀਆਂ ਖਾਣ ਵਾਸਤੇ ਭੇਜੀਆਂ। ਫਰੀਦ ਵਿੱਚ ਵੇਖ ਕੇ ਬੜਾ ਹੈਰਾਨ ਹੁੰਦਾ, ਹੈ ਖੁਦਾ ਬੜਾ ਚੰਗਾ ਹੈ, ਵਹਿਰੂ ਬੜਾ ਚੰਗਾ ਹੈ, ਮਾਫ਼ ਕਰਨਾ ਗੁਰੂ ਕੀ ਸੰਗਤ, ਜੋ ਖਾਣ ਵਾਸਤੇ ਗੁੜ ਦੀਆਂ ਰੋੜੀਆਂ ਦਿੰਦਾ। ਇਹ ਸਿਲਸਿਲਾ ਕਈ ਕਈ ਦਿਨ ਚੱਲਦਾ ਰਿਹਾ। ਜਿਵੇਂ ਜਿਵੇਂ ਅਸੀਂ ਕੋਈ ਕਰਮ ਕਰਦੇ ਹਾਂ, ਕੰਮ ਕਰਦੇ ਹਾਂ, ਸਾਡਾ ਸੁਭਾਅ ਬਣ ਜਾਂਦਾ। ਇੱਕ ਵਾਰੀ ਕਹਿ ਦੇ ਵਹਿਰੂ, ਇੱਕ ਵਾਰੀ ਫਿਰ ਕਹਿ ਦੇ ਵਹਿਰੂ। ਜਿਹੜੇ ਬਚਪਨ ਤੋਂ ਸੁਭਾਅ ਬਣੇ ਹੁੰਦੇ ਹਨ, ਸਤਸੰਗ ਜੀ ਅਖੀਰ ਤੱਕ ਚੱਲਿਆ ਕਰਦੇ ਹਨ। ਚੰਗੇ ਸੁਭਾਅ, ਚੰਗੇ ਸੁਭਾਅ ਹਨ ਜਿਹੜੇ ਉਹ ਅਖੀਰ ਤੱਕ ਚੱਲਿਆ ਕਰਦੇ ਨੇ। ਜਿਹੜੇ ਬਚਪਨ 'ਤੇ ਜਿਨ੍ਹਾਂ ਦੇ ਬੱਚੇ ਰੱਬ ਵਾਲੇ ਪਾਸੇ ਲੱਗ ਗਏ, ਵਾਹਿਗੁਰੂ ਵਾਲੇ ਪਾਸੇ ਲੱਗ ਗਏ, ਅਖੀਰ ਤੱਕ ਉਹ ਵਾਹਿਗੁਰੂ ਦਾ ਭਜਨ ਕਰਿਆ ਕਰਦੇ। ਜਿਹੜੇ ਬਚਪਨ 'ਚ ਕੁਰਾਹ ਪੈ ਗਿਆ ਸਤਸੰਗ, ਉਹ ਫਿਰ ਉਹਨਾਂ ਦਾ ਸੁਧਰਨਾ ਬੜਾ ਮੁਸ਼ਕਲ ਹੋ ਜਾਇਆ ਕਰਦਾ। ਇੱਕ ਵਾਰ ਦਾ ਪੱਕਿਆ ਸੁਭਾਅ ਮੁੜ ਕੇ ਜਾਂਦਾ ਨਹੀਂ। ਖੈਰ ਸਤਸੰਗ ਜੀ, ਕਈ ਦਿਨ ਇਹ ਸਿਲਸਿਲਾ ਕਈ ਦਿਨ ਗੁਜ਼ਰਦਾ ਰਿਹਾ, ਉਹਦਾ ਮਨ ਟਿਕਣਾ ਸ਼ੁਰੂ ਹੋ ਗਿਆ। ਇੱਕ ਵਾਰੀ ਕਹਿ ਦੇ ਵਹਿਰੂ, ਜਿੰਨਾ ਮਨ ਟਿਕਦਾ ਭਜਨ ਦੇ ਵਿੱਚ ਉਹਨਾਂ ਮਨ ਸ਼ੁੱਧ ਹੁੰਦਾ ਜਾਂਦਾ। ਟਿਕੇ ਮਨ ਦੇ ਵਿੱਚ ਬੜੀਆਂ ਬੜੀਆਂ ਬਰਕਤਾਂ ਹੁੰਦੀਆਂ, ਬੜੀਆਂ ਬੜੀਆਂ ਸ਼ਕਤੀਆਂ ਦੱਸੀਆਂ ਹਨ ਟਿਕੇ ਮਨ ਦੇ ਵਿੱਚ। ਅਰੇ ਮਹਾਤਮਾ ਕੋਈ ਵਚਨ ਕਰ ਦਿੱਤਾ ਜਾਂ ਫਿਰ ਉੱਧਰ ਕੰਮ ਕਰ ਦੂਗਾ। ਇੱਕ ਵਾਰੀ ਕਹਿ ਦੇ ਵਹਿਰੂ, ਉੱਥੇ ਮਨ ਟਿਕਿਆ ਹੁੰਦਾ, ਉੱਥੇ ਮਨ ਟਿਕਿਆ ਹੁੰਦਾ। ਟਿਕੇ ਮਨ ਦੇ ਵਿੱਚ ਜਿਵੇਂ ਸਾਸੋਂ ਸਾਫ਼ ਸ਼ੀਸ਼ਾ ਆਵੇ, ਸ਼ੀਸ਼ੇ ਦੇ ਅੱਗੇ ਖੜ੍ਹੇ ਹੋ ਜਾਓ, ਮਨ ਸਾਫ਼ ਦਿਸਦਾ। ਜੇ ਸ਼ੀਸ਼ਾ ਉਹਦੇ ਧੁੰਦਲਾ ਹੋਵੇ, ਉਹਦੇ ਅੱਗੇ ਖੜੋ, ਮਨ ਠੀਕ ਨਹੀਂ ਦਿਸਦਾ, ਮੂੰਹ ਠੀਕ ਨਹੀਂ ਦਿਸਦਾ। ਇਸੇ ਤਰ੍ਹਾਂ ਤੁਸੀਂ ਦਰਿਆਵਾਂ ਦਾ ਪਾਣੀ ਦੇਖਿਆ ਹੋਣਾ, ਜਿਹੜਾ ਗੰਦਾ ਪਾਣੀ ਹੈ, ਇੱਕ ਵਾਰੀ ਕਹਿ ਦੇ ਵਹਿਰੂ, ਉਸ ਗੰਦੇ ਪਾਣੀ ਵਿੱਚ ਦੇਖੋ ਤੁਹਾਨੂੰ ਤੁਹਾਡਾ ਮੂੰਹ ਨਹੀਂ ਦੇਖੇਗਾ। ਪਰ ਜੇ ਪਾਣੀ ਸਾਫ਼ ਹੋਵੇ, ਉਸ ਸਾਫ਼ ਪਾਣੀ ਦੇ ਵਿੱਚ ਆਪਣਾ ਮੂੰਹ ਦੇਖੋ ਤੁਸੀਂ, ਤੁਹਾਨੂੰ ਸਾਸੋਂ ਆਪਣਾ ਮੂੰਹ ਸਾਫ਼ ਨਜ਼ਰ ਆਏਗਾ। ਕਿਸੇ ਦਰਿਆ ਦੇ ਕੰਢੇ ਜਾ ਕੇ ਦੇਖੋ ਤੁਸੀਂ, ਜੇ ਪਾਣੀ ਸਾਫ਼ ਹੋਵੇ, ਟਿਕਿਆ ਹੋਵੇ, ਅਤੇ ਉਹਦੀ ਤਹਿ ਦੇ ਥੱਲੇ ਬੈਠੇ ਬੈਠੇ ਬੈਠ ਕੇ ਕਿਤੇ ਰੋੜੇ ਪੱਥਰ ਮਤਲਬ ਕਈ ਚੀਜ਼ਾਂ ਪਈਆਂ ਨਜ਼ਰ ਆਉਂਦੀਆਂ ਹਨ। ਇਸੇ ਤਰ੍ਹਾਂ ਜਦੋਂ ਮਨ ਪੂਰਾ ਟਿਕ ਜਾਂਦਾ, ਜਿਹੜੀ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਹੈ, ਇਹਨੂੰ ਆਪਣੇ ਅੰਦਰ ਹੀ ਦਿਸਣ ਲੱਗ ਪੈਂਦੀ। ਖਾਲਸਾ ਜੀ,
ਜੋ ਬ੍ਰਹਮੰਡੇ ਸਾਰੇ ਪੜੋ ਜੋ ਬ੍ਰਹਮੰਡੇ ਜੋ ਬ੍ਰਹਮੰਡੇ ਸੋਈ ਪਿੰਡੇ ਪਿੰਡਾ ਪਿੰਡਾ ਨਾ ਸਰੀਰ ਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੇ ਜੋ ਖੋਜਾ ਸੋ ਪਾਵੇ ਜਿਹੜਾ ਇਹਦੀ ਖੋਜ ਕਰਦਾ ਜਿਹੜਾ ਭਜਨ ਕਰਦਾ ਮਨ ਟਿਕਦਾ 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 ਫਿਰ ਸਾਰੀ ਸ੍ਰਿਸ਼ਟੀ ਇਹਨੂੰ ਆਪਣੇ ਅੰਦਰ ਹੀ ਨਜ਼ਰ ਆਉਣ ਲੱਗ ਜਾਂਦੀ ਹੈ ਬੜੀਆਂ ਬੜੀਆਂ ਸ਼ਕਤੀਆਂ ਬਰਕਤਾਂ ਅੰਤਰ ਜਾਮਤਾ ਪਤਾ ਨਹੀਂ ਕੀ ਹੈ ਖੈਰ ਐਨੀ ਹਾਂ ਅਤੇ ਉਹਦਾ ਮਨ ਟਿਕਣਾ ਸ਼ੁਰੂ ਹੋ ਗਿਆ ਜੇ ਮਨ ਟਿਕਣਾ ਸ਼ੁਰੂ ਹੋ ਗਿਆ ਉਹ ਰੋਜ਼ ਹੀ ਉਹਦਾ ਸੁਭਾਅ ਬਣ ਗਿਆ ਦੂਜੇ ਦਿਨ ਕਹਿੰਦਾ ਮਾਂ ਜੇ ਅੱਜ ਨਾਮ ਜਪਾਂਗਾ ਅੱਜ ਵੀ ਮੈਨੂੰ ਸਾਧ ਸੰਗਤ ਗੁੜ ਦੀਆਂ ਭੇਰੀਆਂ ਖਾਣ ਨੂੰ ਮਿਲਣਗੀਆਂ ਮਾਂ ਮਾਂ ਕਹਿੰਦੀ ਬਾਈ ਨਾਟਕ ਕਿਉਂ ਨਹੀਂ ਉਹ ਕਰਦੇ ਕਰਦੇ ਉਹਦਾ ਸੁਭਾਅ ਬਣ ਗਿਆ ਉਹਨੇ ਰੋਜ਼ ਆ ਕੇ ਨਾ ਆਸਣ 'ਤੇ ਬਹਿ ਜਾਣਾ ਆਪਣੇ ਟਾਈਮ ਦੇ ਉੱਤੇ ਇੱਕ ਵਾਰੀ ਕਹਿ ਦੇ ਬਾਹਰ ਹੁਣ ਮਨ ਟੇਕ ਗਿਆ ਮਾਂ ਕਿਤੇ ਕੰਮ ਕਰਨ ਵਾਸਤੇ ਚਲੀ ਗਈ ਮਾਂ ਜਦੋਂ ਕਿਤੇ ਕੰਮ ਕਰਨ ਵਾਸਤੇ ਚਲੀ ਗਈ ਅਤੇ ਕੰਮ ਕਰਾਂ ਘਰਾਂ ਦੇ ਸੀ ਕੰਮ ਕਰਦੇ ਹੀ ਹਾਂ ਅਤੇ ਫਿਰ ਇਹ ਦਿਨ ਦੇਖਿਆ ਵੀ ਅਜਮਾਈ ਕਰਨੀ ਅੱਜ ਸ਼ੱਕਰ ਦੀਆਂ ਪੇਲੀਆਂ ਜਾਂ ਰੋੜੀਆਂ ਅੱਜ ਕਿਵੇਂ ਮਿਲਣਗੀਆਂ ਅੱਜ ਕਿੱਥੋਂ ਮਿਲਣਗੀਆਂ ਫਿਰ ਚੇਤੇ ਖਿਆਲ ਆਇਆ ਉਹ ਗੁੜ ਦੀਆਂ ਪੇਲੀਆਂ ਕੋਈ ਮਾਂ ਥੋੜ੍ਹੀ ਦਿੰਦੀ ਸੀ ਉਹ ਤਾਂ ਖੁਦਾ ਭੇਜਦਾ ਸੀ ਇੱਕ ਵਾਰੀ ਕਹਿ ਦੇ ਬਾਹਰ ਭਾਵੇਂ ਉਹ ਮਾਂ ਦੀ ਹੀ ਚਾਲ ਸੀ ਅੱਜ ਫਰੀਦ ਨੇ ਸੋਚਿਆ ਵੀ ਅੱਜ ਸਮਾਂ ਥੋੜ੍ਹਾ ਜ਼ਿਆਦਾ ਲਾ ਦਾਂਗੇ ਕਹਿੰਦੇ ਵਾਹਿਗੁਰੂ ਜ਼ਿਆਦਾ ਲਾ ਦਾਂਗੇ ਮਨ ਨਹੀਂ ਤਾਂ ਫਿਰ ਕੀ ਹੋਇਆ ਉਹ ਤਸਵੀ ਫੜ ਕੇ ਆਸਣ 'ਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਹਨ ਕਰਦੇ ਕਰਦੇ ਘੰਟਾ ਗੁਜ਼ਰ ਗਿਆ ਅਤੇ ਜਦੋਂ ਘੰਟੇ ਤੋਂ ਬਾਅਦ ਫਰੀਦ ਉੱਠਿਆ ਪਿੱਛੇ ਕੀ ਤੱਕ ਦਾ ਅੱਜ ਗੁੜ ਦਾ ਢੇਰ ਲੱਗਿਆ ਹੋਇਆ ਗੁੜ ਦਾ ਢੇਰ ਲੱਗਿਆ ਹੋਇਆ ਕਿਉਂਕਿ ਜਿਹੜਾ ਵਾਹਿਗੁਰੂ ਵੱਲ ਇੱਕ ਕਦਮ ਪੱਟਦਾ ਅਤੇ ਉਹਦੇ ਵੱਲ ਕਰੋੜਾਂ ਕਦਮ ਪੜਦਾ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਵੇ ਲੇਤ ਹੈ ਖੈਰੋ ਵੇਖ ਕੇ ਬੜਾ ਹੈਰਾਨ ਹੋਇਆ ਬੜਾ ਖੁਸ਼ ਹੋਇਆ ਉਧਰ ਮਾਂ ਆਈ ਮਾਂ ਕਹਿੰਦੀ ਫਰੀਦ ਬੇਟਾ ਇੰਨੀਆਂ ਗੁੜ ਦੀਆਂ ਪੇਲੀਆਂ ਇੰਨੀ ਸ਼ੱਕਰ ਕਿੱਥੋਂ ਆ ਗਈ ਇੰਨਾ ਗੁੜ ਕਿੱਥੋਂ ਆ ਗਿਆ ਅਤੇ ਉਹ ਫਰੀਦ ਕਹਿੰਦਾ ਮਾਂ ਅੱਜ ਲੱਗਦਾ ਰੱਬ ਬਹੁਤਾ ਮਿਹਰਬਾਨ ਹੋ ਗਿਆ ਅੱਜ ਖੁਦਾ ਬਹੁਤਾ ਮਿਹਰਬਾਨ ਹੋ ਗਿਆ ਅੱਗੇ ਤਾਂ ਕੋਹਲੀ ਜੀ ਗੁੜ ਕਰਦਾ ਸੀ ਅੱਜ ਚੁੱਕਾ ਹੀ ਕਰਤਾ ਜ਼ਿਆਦਾ ਕਰਤਾ ਉਹ ਘਰ 'ਚ ਗਰੀਬੀ ਸੀ ਉਹ ਮਾਂ ਨੇ ਆਖਿਆ ਬੇਟਾ ਇੰਜ ਕਰ ਮਾਂ ਸਮਝ ਗਈ ਇਹਦੇ 'ਚ ਸ਼ਕਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਵਾਰੀ ਕਹਿ ਦੇ ਬਾਰੂ ਇਸ ਗੱਲ ਤੋਂ ਜਾਣੂ ਸੀ ਇਸ ਗੱਲ ਤੋਂ ਜਾਣੂ ਸੀ ਭਲੀ ਭਾਂਤ ਫਿਰ ਮਾਂ ਕਹਿਣ ਲੱਗੀ ਬੇਟਾ ਇੰਜ ਕਰ ਆਪਣੇ ਘਰ ਰਾਸ਼ਨ ਦੀ ਮਤਲਬ ਬੜੀ ਕਮੀ ਹੈ ਅਤੇ ਖੁਦਾ ਦੇ ਅੱਗੇ ਅਰਦਾਸ ਕਰ ਕੇ ਸਾਡੇ ਘਰ ਕੋਈ ਰਾਸ਼ਨ ਭੇਜੇ ਸਾਡੇ ਘਰ ਕੋਈ ਰਾਸ਼ਨ ਭੇਜੇ ਉਹ ਮੁਕਦੀ ਗੱਲ ਕੀ ਸਤਸੰਗ ਜੀ ਇਹ ਗੱਲਾਂ ਬੰਦੇ ਦੀ ਸਮਝ ਤੋਂ ਪਰੇ ਹਨ ਬੰਦੇ ਦੀ ਸਮਝ ਤੋਂ ਬਾਹਰ ਹਨ ਉਹ ਮੁਕਦੀ ਗੱਲ ਕੀ ਸਤਸੰਗ ਜੀ ਜੋ ਫਰੀਦ ਨੇ ਅਰਦਾਸ ਕੀਤੀ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਵਾਹਿਗੁਰੂ ਅੰਤਰ ਜਾਮੀ ਕਹਿੰਦਾ ਇੱਕ ਪਠਾਨ ਦਾ ਰੂਪ ਧਾਰਨ ਕਰਕੇ ਕੋਈ ਨੌਕਰ ਚਾਕਰ ਨਾਲ ਹਨ 15-20 ਗੱਡੇ ਰਾਸ਼ਨ ਦੇ ਲੈ ਕੇ ਫਰੀਦ ਦੇ ਘਰ ਆ ਗਿਆ ਕਿਸ ਦੇ ਖੰਡ ਹੈ ਗਰੋਸਰੀ ਦਾ ਸਮਝ ਨੂੰ ਕਹਿੰਦੇ ਕਿਸ ਦੇ ਗੁੜ ਹੈ ਕਿਸ ਦੇ ਚੌਲ ਹਨ ਕਿਸ ਦੇ ਕੁਝ 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 ਮੁਕਦੀ ਗੱਲ ਕੀ ਕਿਉਂ ਕੱਪੜਿਆਂ ਨਾਲ ਗੱਡਾ ਲੱਦਿਆ ਹੋਇਆ ਕਿ ਗੱਡੇ ਹੁੰਦੇ ਸਨ ਅੱਜ ਕੱਲ੍ਹ ਤਾਂ ਜ਼ਮਾਨਾ ਬਦਲ ਗਿਆ ਉਹ ਫਰੀਦ ਦੀ ਮਾਈ ਕਹਿੰਦੀ ਕਿ ਕੀ ਗੱਲ ਹੈ ਜੀ ਕੀ ਗੱਲ ਕੌਣ ਤੁਸੀਂ ਇੱਕ ਮਾਂ ਦਾ ਦਰਵਾਜ਼ਾ ਖੋਲ੍ਹੋ ਖੁਦਾ ਨੇ ਮੈਨੂੰ ਪਰਮੇਸ਼ਰ ਨੇ ਘੱਲਿਆ ਉਹ ਮੁਕਦੀ ਗੱਲ ਸੀ ਤਾਂ ਪਰਮੇਸ਼ਰ ਸਾਰਾ ਸਮਾਨ ਸੱਟ ਕੇ ਫਰੀਦ ਦੇ ਘਰ ਹੁਣ ਘਰ ਦਾ ਵਿਹੜਾ ਸੀ ਜਿਹੜਾ ਘਰ ਦੀ ਜਗ੍ਹਾ ਸੀ ਬੜੀ ਸੌੜੀ ਸੀ ਥੋੜ੍ਹੀ ਸੀ ਉਹ ਜੋ ਸਮਾਨ ਸੱਟ ਕੇ ਉਹ ਚਲਾ ਗਿਆ ਮਾਈ ਵਾਜਾਂ ਮਾਰਦੀ ਰਹੀ ਉਹ ਕਿਤੇ ਗਿਆ ਨਹੀਂ ਉਹਨੇ ਕਿਤੋਂ ਆਉਣਾ ਨਹੀਂ ਉਹ ਹਰ ਥਾਂ 'ਤੇ ਹੈ ਉਹ ਅੰਤਰ ਧਿਆਨ ਹੋ ਗਿਆ ਇੱਕ ਵਾਰੀ ਕਹਿ ਦੇ ਬਹਿਰ ਜਦੋਂ ਅੰਤਰ ਧਿਆਨ ਹੋ ਗਿਆ ਫਰੀਦ ਦੀ ਮਾਈ ਹੁਣ ਉਹ ਸਮਾਨ ਇਕੱਠਾ ਕਰਦੀ ਹੈ ਸਮਾਨ ਸਮੇਟਦੀ ਹੈ ਅਤੇ ਫਰੀਦ ਨੂੰ ਕਹਿੰਦੀ ਬੇਟਾ ਤੂੰ ਅਰਦਾਸ ਕੀਤੀ ਸੀ ਕਿ ਮੁੱਕਦੀ ਗੱਲ ਕੀ ਰਾਸ਼ਨ ਭੇਜੋ ਇਹ ਮੰਗਿਆ ਤਾਂ ਥੋੜ੍ਹਾ ਸੀ ਇੰਨਾ ਆ ਗਿਆ ਫਰੀਦ ਲੱਗਾ ਕਿ ਮਾਂ ਭੁੱਲ ਗਏ ਰੱਬ ਕਿਤੇ ਛੋਟਾ ਥੋੜ੍ਹਾ ਇੱਕ ਵਾਰੀ ਕਹਿ ਦੇ ਬਾਹਰ ਉਹ ਛੋਟਾ ਥੋੜ੍ਹਾ ਜੇ ਉਹ ਆਪ ਵੱਡਾ ਗੁਰੂ ਨਾਨਕ ਜੀ ਨੇ ਆਖਿਆ ਸੀ ਨਾ ਜੇ ਵੜ ਆਪ ਤੇ ਵੜ ਤੇਰੀ ਦਾਤ ਜੇ ਆਪ ਵੱਡਾ ਉਹਦੀਆਂ ਦਾਤਾਂ ਵੀ ਵੱਡੀਆਂ ਜਿੰਦਨ ਕਰਕੇ ਕੀਤੀ ਰਾਤ ਉਹ ਆ ਵੱਡਾ ਉਹਦੀਆਂ ਦਾਤਾਂ ਵੀ ਵੱਡੀਆਂ ਹਨ ਖੈਰ ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ ਇੱਕ ਦਿਨ ਸਤਸੰਗ ਜੀ ਫਰੀਦ ਜਦੋਂ ਸਿਮਰਨ ਵਿੱਚ ਬੈਠਾ ਅਤੇ ਮਾਂ ਨੇ ਕੌਲੀ 'ਚ ਦੁਗੜ ਰੱਖਦੀ ਸੀ ਨਾ ਰੱਖਿਆ ਜਦੋਂ ਨਾ ਰੱਖਿਆ ਤਾਂ ਫਰੀਦ ਦੇਖਿਆ ਉੱਠ ਕੇ ਉਹ
ਆ ਗੱਲ ਆ ਸਤਸੰਗੀ ਜੀ, ਜਦੋਂ ਗੁੱਟ ਪਿੱਛੇ ਨਾ ਰੱਖਿਆ ਅਤੇ ਫਰੀਦ ਭਜਨ ਕਰਕੇ ਉੱਠਿਆ, ਵੇਖਿਆ ਵੀ ਅੱਜ ਨਾ ਕੌਲੀ ਅਤੇ ਨਾ ਗੋੜੀ ਫਰੀਦ, ਵੇਖ ਕੇ ਬੜਾ ਹੈਰਾਨ ਹੋਇਆ ਬੱਚਾ ਸੀ, ਪਰੇਸ਼ਾਨ ਹੋਇਆ, ਉਦਾਸੀ ਆ ਗਈ ਚਿਹਰੇ 'ਤੇ, ਅਤੇ ਮਾਂ ਪੁੱਛਦੀ ਕੀ ਗੱਲ ਬੇਟਾ, ਆਖਿਆ ਮਾਂ ਅੱਜ ਗੁੜ ਨਹੀਂ ਆਇਆ, ਅੱਜ ਸ਼ੱਕਰ ਨਹੀਂ ਮਿਲੀ ਮਾਂ। ਮਾਂ ਕਹਿੰਦੀ ਫਿਰ, ਮਾਂ ਕਹਿੰਦੀ ਫਿਰ ਕੀ ਹੋਇਆ ਫਰੀਦ? ਆਪਣੀ ਤੋਤਲੀ ਜੀ ਜ਼ਬਾਨ ਨਾਲ ਕਹਿੰਦਾ, ਮਾਂ ਅੱਜ ਲੱਗਦਾ ਰੱਬ ਨਾਰਾਜ਼ ਹੋ ਗਿਆ, ਅੱਜ ਲੱਗਦਾ ਰੱਬ ਰੁੱਸ ਗਿਆ, ਰੱਬ ਨਾਰਾਜ਼ ਹੋ ਗਿਆ। ਉਸ ਮੌਕੇ 'ਤੇ ਸ਼ਬਦ ਆਉਂਦੇ ਹਨ, ਦੇਖ ਫਰੀਦਾ ਜੀ ਥੀ ਆ, ਸਾਰੇ ਪੜੋ, ਦੇਖ ਫਰੀਦਾ ਜੀ ਥੀ ਆ, ਸ਼ੱਕਰ ਹੋਈ ਬਿਸ। ਜਦੋਂ ਬੰਦੇ ਦਾ ਕੋਈ ਕੰਮ ਨਾ ਹੋਵੇ ਅਤੇ ਬੰਦੇ ਨੂੰ ਕੋਈ ਖਾਣਾ ਨਹੀਂ ਚੰਗਾ ਲੱਗਦਾ, ਕੁਝ ਪਾਉਣਾ ਨਹੀਂ ਚੰਗਾ ਲੱਗਦਾ, ਕਹਿੰਦੇ ਉਹ ਸ਼ੱਕਰ ਕੀ ਨਹੀਂ ਆਈ, ਅੱਜ ਤਾਂ ਮੰਨ ਲਓ ਵੀ ਉਹ ਸ਼ੱਕਰ ਯਾਰ ਹੀ ਬਣ ਗਏ। ਦੇਖ ਫਰੀਦਾ ਜੀ ਥੀ ਆ, ਸ਼ੱਕਰ ਹੋਈ ਬਿਸ। ਮਾਂ ਬੜਾ ਸਮਝਾਉਂਦੀ, ਫਿਰ ਉਹ ਕਹਿੰਦਾ, ਮਾਂ ਕਹਿੰਦੀ ਤੂੰ ਬੇਟਾ ਇੰਨਾ ਕਿਉਂ ਰੁਦਨ ਕਰਦਾ? ਕਹਿੰਦਾ ਮਾਂ ਰੁਦਨ ਨਾ ਕਰਾਂ, ਮਾਫ਼ ਕਰਾਂ, ਸਾਈਂ ਵਾਜੋਂ ਆਪਣੇ, ਸਾਰੇ ਪੜੋ, ਸਾਈਂ ਵਾਜੋਂ ਆਪਣੇ, ਵੇਦਨ ਕਹੀਏ ਕਿਸ, ਇਹ ਦੁੱਖ ਇਹ ਦਰਦ ਆਪਣੇ ਮਾਲਕ ਤੋਂ ਬਿਨਾਂ ਕਿਹਨੂੰ ਸੁਣਾਵਾਂ? ਫਰੀਦ ਦੀ ਮਾਈ ਕਹਿੰਦੀ ਬੇਟਾ ਹੌਂਸਲਾ ਰੱਖ, ਫਿਰ ਕੀ ਹੋਇਆ? ਫਿਰ ਭਜਨ ਕਰ ਲਾ ਕਿ ਮਾਤਾ? ਮਾਂ ਕਹਿੰਦੀ ਤੂੰ ਪ੍ਰਸ਼ਾਦਾ ਪਾਣੀ ਛਕ ਲਾ, ਅੱਜ ਨਹੀਂ ਤੇ ਕੱਲ ਸੀ। ਆ ਨਹੀਂ ਆਖਿਆ ਮਾਂ, ਮਾਤਾ ਭੋਲੀਏ ਨਾਰਾਜ਼ ਰੱਬ ਹੋ ਗਿਆ, ਸ਼ੱਕਰ ਮੇਰੀ ਵਿੱਚ ਬਣ ਗਈ, ਭੋਲੀਏ ਨਾਰਾਜ਼ ਰੱਬ, ਸ਼ੱਕਰ ਮੇਰੀ ਵਿੱਚ ਬਣ ਗਈ। ਆਖਿਆ ਰੱਬ ਨਾਰਾਜ਼ ਹੋ ਗਿਆ, ਰੱਬ ਨੂੰ ਮਨਾਲਾ। ਕਫਣੀ ਸਲਾਹ ਦਿੱਤੀ, ਉਹਨਾਂ ਸਮੇਂ 'ਚ ਤਪ ਪ੍ਰਦਾਨ ਹੁੰਦੇ ਸਨ, ਗੁਰੂ ਬਾਬੇ ਨੇ ਤਾਂ ਸੌਖਾ ਹੀ ਮਾਰਗ ਚਲਾ ਦਿੱਤਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਤਪ ਦੀ ਥਾਂ 'ਤੇ ਸੇਵਾ, ਸੇਵਾ ਸੌਖੀ ਹੈ, ਤਪ ਔਖਾ ਹੈ, ਕਹਿ ਦਿਓ ਵਾਹਿਗੁਰੂ। ਜਲ ਤਾਰੇ ਕਰਨੇ, ਪ੍ਰਾਣਾਯਾਮ ਕਰਨੇ, ਦਰਖਤਾਂ ਨਾਲ ਉਲਟੇ ਲਟਕਣਾ, ਇਹਦਾ ਨਾਂ ਤਪ ਸੀ। ਗੁਰੂ ਘਰ ਦੇ ਵਿੱਚ ਸੇਵਾ, ਸੇਵਾ ਕੋਈ ਬਜ਼ੁਰਗ ਕਰ ਸਕਦਾ, ਮਾਈ ਕਰ ਸਕਦੀ, ਭਾਈ ਕਰ ਸਕਦਾ, ਬਹੁਤਾ ਕੁਛ ਵੀ ਨਹੀਂ ਕਰ ਸਕਦਾ। ਪੀੜਾ ਡਾਹ ਕੇ, ਡੰਡਾ ਫੜ ਕੇ ਕੁੱਤੇ ਬਿੱਲੇ ਨੂੰ ਰੋਕਣਾ, ਉਹ ਵੀ ਸੇਵਾ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮੁੱਖ ਦੀ ਗੱਲ ਕੀ, ਖਾਲਸਾ ਦੀ 12 ਵਰੇ ਜੰਗਲ ਦੇ ਵਿੱਚ ਭੁੱਖ ਲੱਗਣੀ, ਸਿਰ ਦੀਆਂ ਜਟਾਵਾਂ ਬਣ ਗਈਆਂ, ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾਂਦਾ ਰਿਹਾ 12 ਵਰਿਆਂ ਬਾਅਦ, ਪਰ ਰੱਬ ਦਾ ਘਰ ਅਜੇ ਦੂਰ ਸੀ। ਵਾਪਸ ਮੁੜਿਆ, ਮਾਂ ਨੇ ਪੁੱਛਿਆ ਫਰੀਦਾ ਆ ਗਿਆ, ਰੱਬ ਨੂੰ ਮਿਲ ਲਿਆ? ਨਹੀਂ ਮਾਂ, ਰੱਬ ਨਹੀਂ ਮਿਲਿਆ। ਬੇਟਾ 12 ਸਾਲ ਕਿਵੇਂ ਗੁਜ਼ਾਰੇ? ਮਾਂ ਭੁੱਖ ਲੱਗਣ 'ਤੇ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾਂਦਾ ਸਾਂ, ਸਿਰ ਦੇ ਵਿੱਚ ਜਟਾਵਾਂ ਬਣ ਗਈਆਂ। ਕਹਿੰਦੀ ਲਿਆ, ਤੇਰੇ ਸਿਰ ਦੀਆਂ ਜਟਾਵਾਂ ਸਿੱਧੀਆਂ ਕਰਦੇ ਹਾਂ, ਤੇਰੇ ਸਿਰ ਦੇ ਜਿਹੜੇ ਕੇਸ ਜੁੜੇ ਹਨ ਖੋਲਦੇ ਹਾਂ, ਗੰਢਾਂ ਖੋਲਦੇ ਹਾਂ। ਮਾਂ ਜਦੋਂ ਕੰਘਾ ਲੈ ਕੇ ਲੱਗੀ ਫੇਰਨ, ਅਤੇ ਉਹ ਅੜਕ ਸੀ ਵਾਲਾਂ ਦੇ ਵਿੱਚ, ਲੱਗਾ ਕਹਿਣ, ਹਾਏ ਮਾਂ ਮੈਂ ਮਰ ਗਿਆ। ਮਾਂ ਨੇ ਆਖਿਆ, ਬੇਟਾ ਬਸ ਇੰਨੀ ਗੱਲ ਪਿੱਛੇ ਮਰ ਗਿਆ? ਜਿਹਨਾਂ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਤੂੰ ਖਾਂਦਾ ਰਿਹਾ,
ਉਹਨਾਂ ਨੂੰ ਕਿੰਨੀ ਕੁ ਤਕਲੀਫ ਹੁੰਦੀ ਹੋਵੇਗੀ। ਫਿਰ ਤੁਰ ਪਿਆ ਭੁੱਖਾ ਤੇ ਆਇਆ, ਮਾਂ ਨੇ ਇੱਕ ਲੱਕੜ ਦੀ ਰੋਟੀ ਪੱਲੇ ਬਣ ਦਿੱਤੀ। ਇੱਕ ਵਾਰੀ ਕਹਿੰਦੇ ਬਾਹਰ ਲੱਕੜ ਦੀ ਰੋਟੀ ਬਣਾ ਕੇ, ਲੱਕੜ ਦੀ ਰੋਟੀ ਕੀ ਸੀ, ਉਹਦੇ ਨਾਲ ਭੁੱਖ ਥੋੜ੍ਹੀ ਦੂਰ ਹੋਣੀ ਸੀ। ਜਦੋਂ ਭੁੱਖ ਲੱਗਦੀ ਸੀ ਲੱਕੜ ਦੀ ਰੋਟੀ ਨੂੰ, ਬੁਰਕਾ ਪਾਉਂਦਾ ਸੀ, ਬੁਰਕੀ ਮਾਰਦਾ ਸੀ, ਹਵਸ ਦੂਰ ਹੋ ਜਾਂਦੀ। ਉਸ ਮੌਕੇ 'ਤੇ ਸ਼ਲੋਕ ਆਉਂਦੇ ਨੇ, ਜਰਾ ਧਿਆਨ ਦਿਓ, ਸਾਡੇ ਵਾਸਤੇ ਤਾਂ ਗੁਰੂ ਸਾਹਿਬ ਨੇ ਕਿੰਨਾ ਸੌਖਾ ਮਾਰਗ ਚਲਾ ਤਾ। ਉਸ ਸਮੇਂ 'ਤੇ ਇਉਂ ਸ਼ਲੋਕ ਆਉਂਦੇ ਨੇ, ਰੋਟੀ ਮੇਰੀ ਕਾਠ ਕੀ, ਰੋਟੀ ਮੇਰੀ ਕਾਠ ਕੀ, ਰੋਟੀ ਮੇਰੀ ਰੋਟੀ ਮੇਰੀ ਕਾਠ ਕੀ, ਲਾਮਨ ਮੇਰੀ ਭੁੱਖ, ਮਾਫ ਕਰਨਾ ਜਿਹੜੀ ਮੇਰੀ ਸਬਜ਼ੀ ਭਾਜੀ ਮੇਰੀ ਭੁੱਖ ਬਣ ਚੁੱਕੀ। ਇੱਕ ਵਾਰੀ ਕਹਿ ਦੇ ਬਾਹਰ, ਫਿਰ ਦੁਨੀਆਂ ਦੇ ਉੱਤੇ ਸੱਟ ਮਾਰੀ, ਜਿਹੜੇ ਲੋਕ ਖਾਂਦੇ ਪੀਂਦੇ ਹਨ, ਖਾਓ ਪੀਓ ਕਰੋ, ਆਨੰਦ ਇਹ ਜਗ ਮਿੱਠਾ, ਅਗਲਾ ਕਿੰਨ ਡਿੱਠਾ। ਉਸ ਸਮੇਂ 'ਚ ਕਿਉਂਕਿ ਪਾਪ ਪ੍ਰਧਾਨ ਹੁੰਦੇ ਸਨ, ਪੁਰਾਣਾ ਜਮਤਾਲ ਸਾਧ ਸੰਗਤ ਜੀ ਪ੍ਰਧਾਨ ਹੁੰਦੇ ਸਨ, ਫਿਰ ਦੁਨੀਆਂ ਨੂੰ ਕਹਿੰਦੇ, ਲੋਕਾਂ ਨੂੰ ਫਿਕਰ ਹੀ ਨਹੀਂ ਅੱਗੇ ਦਾ। ਪਰ ਕਹਿੰਦੇ ਉਹ ਜਿੰਨਾ ਖਾਧੀ ਝੋਪੜੀ, ਜਿੰਨਾ ਖਾਧੀ ਝੋਪੜੀ, ਜਿੰਨਾ ਬਾਰਾਂ ਭਰੇ ਜ਼ਿੰਦਗੀ ਦੇ ਹੋਰ ਬੀਤ ਗਏ, ਪਰ ਰੱਬ ਦਾ ਘਰ ਅਜੇ ਦੂਰ ਸੀ। ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਹਨ, ਫਾਰਮੂਲਾ ਠੀਕ ਹੋਵੇ ਸਵਾਲ ਛੇਤੀ ਨਿਕਲ ਜਾਇਆ ਕਰਦਾ ਹੈ। ਇੱਕ ਵਾਰੀ ਕਹਦੇ ਬਾਹਰ, ਜੇ ਫਾਰਮੂਲਾ ਠੀਕ ਨਾ ਹੋਵੇ ਟਾਈਮ ਵੀ ਜ਼ਿਆਦਾ ਲੱਗਦਾ, ਸਵਾਲ ਵੀ ਗਲਤ ਨਿਕਲਦਾ ਹੈ। ਕਹਦੇ ਬਾਹਰ ਸਾਧ ਸੰਗਤ ਜੀ ਇਸੀ ਤਰ੍ਹਾਂ ਬੇਪੀਰਾ ਸੀ, ਅਜੇ ਨਗਰਾ ਸੀ। ਕਹਦੇ ਬਾਹਰ ਬਾਰਾਂ ਵਰੇ ਜ਼ਿੰਦਗੀ ਦੇ ਹੋਰ ਗੁਜ਼ਰ ਗਿਆ, 36 ਸਾਲ ਤਪੱਸਿਆ ਕਰਦੇ ਗੁਜ਼ਰ ਗਿਆ। ਉਸ ਮੌਕੇ ਸਰੀਰ ਸੀ ਜਿਹੜਾ ਹੱਡੀਆਂ ਬਾਕੀ ਰਹਿ ਗਿਆ। ਕਾਂ ਆਉਂਦੇ ਹਨ, ਜਿਹੜਾ ਕਾਂ ਬੜਾ ਚਲਾਕ ਜਾਨਵਰ ਹੈ, ਅਤੇ ਗੁਰੂ ਕੀ ਸਿੰਘ ਜਦੋਂ ਕਾਂ ਆਉਂਦੇ ਹਨ ਅਤੇ ਕਾਂ ਕੀ ਕਰਦੇ ਹਨ, ਇਹਦੇ ਸਰੀਰ ਦੇ ਉੱਤੇ ਠੂੰਗੇ ਮਾਰਦੇ ਹਨ, ਠੂੰਗੇ ਮਾਰਦੇ ਹਨ ਇਹਦੀਆਂ ਡੇਲੀਆਂ ਨੂੰ, ਅੱਖਾਂ ਨੂੰ। ਜਦੋਂ ਸਾਧ ਸੰਗਤ ਜੀ ਉਹ ਠੂੰਗਾ ਲੱਗੇ ਮਾਰਨ, ਇਹਨਾਂ ਸੋਚਿਆ ਦੇਖਦੇ ਮਰਿਆ ਕੀ ਜਿਉਂਦਾ, ਬੜਾ ਚਲਾਕ ਪੰਛੀ ਹੈ। ਅਤੇ ਜਦੋਂ ਅੱਖਾਂ ਦੇ ਵਿੱਚ ਸਾਧ ਸੰਗਤ ਜੀ ਉਹ ਝੁੰਝ ਲੱਗੇ ਮਾਰਨ, ਅੱਖਾਂ ਨੂੰ ਨੋਚਣ ਲੱਗੇ, ਫਰੀਦ ਨੇ ਆਖਿਆ, ਅੱਕਾਵੋਂ ਇੱਕ ਵਾਰੀ ਗੱਲ ਸੁਣੋ, ਕਾਗਾ ਕਰਕਟ ਡੇਂਦੇ ਆ, ਸਗਲਾ ਖਾਇਓ ਮਾਸ, ਇਹਦੋਂ ਨਾਣਾ ਮਤ ਛੇਓ, ਫਿਰ ਦੇਖਣ ਕੀ ਆਸ। ਉਸ ਮੌਕੇ ਇਉਂ ਕਹਿੰਦੇ ਹਨ, ਮੇਰੇ ਸਾਰੇ ਸਰੀਰ ਦਾ ਭਾਵੇਂ ਮਾਸ ਖਾ ਲਓ, ਮੇਰੀਆਂ ਦੋ ਅੱਖਾਂ ਨਾ ਖਾਇਆ ਜੀ। ਇੱਕ ਵਾਰੀ ਕਹਿੰਦੇ ਵਹਿਰੂ, ਕਿਉਂਕਿ ਇਹਨਾਂ ਅੱਖਾਂ ਨਾਲ ਹੀ ਪ੍ਰਭੂ ਦਾ ਦੀਦਾਰ ਕਰਨਾ ਹੈ, ਮਾਫ ਕਰਨਾ। ਉਸ ਮੌਕੇ ਦੇ ਇਉਂ ਸ਼ਬਦ ਆਉਂਦੇ ਹਨ, ਉਸ ਮੌਕੇ ਦੇ ਸ਼ਬਦ ਆਉਂਦੇ ਨੇ, ਗੱਜ ਵਿੱਚ ਕੇ ਪੜ੍ਹਨਾ ਕਰਾ। ਆਸ ਕਾ ਗਾਵੇ ਮੈਨੂੰ ਪਿਆ ਦੇ ਮਿਲਣ ਦੀ, ਆਸ ਕਾ ਗਾ ਪਿਆ ਦੇ ਮਿਲਣ ਆਹ
ਤੁਰਿਆ ਜਾਂਦਾ, ਸਰੀਰ ਬੜਾ ਕਮਜ਼ੋਰ ਹੋ ਗਿਆ, ਸਤਸੰਗ ਹਿੱਲਿਆ ਨਹੀਂ ਜਾਂਦਾ, ਜਲਿਆ ਨਹੀਂ ਜਾਂਦਾ। 36 ਵਰੇ ਤਪੱਸਿਆ ਦੇ ਦਾ ਅਖੀਰਲਾ ਵਰਾ ਸੀ, 36 ਸਾਲ ਦੀ ਤਪੱਸਿਆ ਦਾ, ਅਤੇ ਪਿਆਸ ਨਹੀਂ ਜ਼ੋਰ ਪਾਇਆ। ਸਰੀਰ ਕੋਈ ਢਿੱਲਾ ਸੀ। ਇੱਕ ਵਾਰੀ ਕਹਿ ਦੇ ਬਾਹਰ, ਅਤੇ ਥੋੜ੍ਹੀ ਦੂਰੀ 'ਤੇ ਪਾਣੀ ਵਾਲਾ ਗੜਵਾ ਕਹਿ ਲਓ, ਮਾਫ ਕਰਨਾ, ਕੁੱਜੜਾ ਦੱਸਿਆ ਗੁਰਬਾਣੀ ਦੇ ਵਿੱਚ, ਪਾਣੀ ਵਾਲਾ ਗੜਵਾ ਪਿਆ, ਹਿੱਲਿਆ ਨਹੀਂ ਜਾਂਦਾ, ਪਿਆਸ ਪੂਰੇ ਜ਼ੋਰ 'ਤੇ ਹੈ। ਉਸ ਮੌਕੇ ਫਰੀਦ ਜੀ ਕਹਿੰਦੇ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਇੰਨੀ ਨਿੱਕੀ ਜੰਗੀ ਹੈ, ਜੰਗੀ ਹੈ ਕਹਿੰਦੇ ਪੈਰਾਂ ਨਾਲ, ਆਪਣੇ ਕੁੱਜੇ ਨੂੰ ਕਹਿੰਦੇ ਹਨ, ਉਸ ਕਟੋਰੇ ਨੂੰ ਕਹਿੰਦੇ ਹਨ, ਨਿਰਿਆ ਕੁੱਜਿਆ ਮੇਰਿਆ ਕਟੋਰਿਆ, ਇਹਨਾਂ ਨਿੱਕੇ ਨਿੱਕੇ ਪੈਰਾਂ ਨਾਲ ਤੈਨੂੰ ਮੈਂ ਆਪਣੇ ਹੱਥਾਂ 'ਚ ਫੜ ਕੇ, ਤੈਨੂੰ ਮੈਂ ਪਹਾੜਾਂ 'ਤੇ ਫਿਰਦਾ ਰਿਹਾ, ਦਰਿਆਵਾਂ ਦੇ ਕੰਢਿਆਂ 'ਤੇ ਫਿਰਦਾ ਰਿਹਾ। ਆ ਮੁੱਕਦੀ ਗੱਲ ਕੀ, ਜਦੋਂ ਮੈਨੂੰ ਪਿਆਸ ਲੱਗਦੀ ਮੈਂ ਤੇਰੇ 'ਚੋਂ ਪਾਣੀ ਮਰਦਾ ਰਿਹਾ, ਪਰ ਕਹਿੰਦਾ ਅੱਜ ਤੂੰ ਮੇਰੇ ਕੋਲ ਪਿਆ ਹੈ, ਕਿੱਥੇ ਗੱਡੀ ਕਿੱਡੀ ਲੰਬੀ ਦੁਨੀਆ ਫਿਰ ਕੇ ਆਇਆ ਤੈਨੂੰ ਨਾਲ ਲੈ ਕੇ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਥਲ ਨਾ ਧਰਤੀ ਦਾ, ਢੂੰਗਰ ਭਵੀਓਮ, ਜੰਗਲਾਂ 'ਚ ਪਹਾੜਾਂ 'ਚ ਮੈਂ ਫਿਰਦਾ ਰਿਹਾ, ਪਰ ਕਹਿੰਦੇ ਅੱਜ ਫਰੀਦਾ ਕੁੱਜੜਾ। ਸਾਰੇ ਪੜੋ, ਅੱਜ ਫਰੀਦਾ ਕੁੱਜੜਾ, ਕਹਿੰਦੇ ਮੇਰੇ ਕੋਲ ਪਿਆ ਕੁੱਜੜਾ ਕੁੱਜਿਆ, ਸੌ ਕੋਹਾਂ ਤੇ ਹੋ ਗਿਆ ਮੇਰਾ ਕੁੱਜੜਾ, ਮੇਰਾ ਕੁੱਜੜਾ, ਸੌ ਕੋਹਾਂ ਤੇ ਹੋ ਗਿਆ ਮੇਰਾ ਕੁੱਜੜਾ ਜੀ, ਮੇਰਾ ਕੁੱਜੜਾ। ਸੰਗਤ ਕਹਿੰਦੇ ਅੱਜ ਕੋਲ ਪਿਆ ਵੀ ਸਵਾਂ ਕੋਹਾਂ ਦੀ ਦੂਰੀ 'ਤੇ ਹੈ, ਰੁੱਤ ਬਦਲੀ, ਸਰੀਰ ਤੁੜੀ ਜਾਣ ਆਈ, ਸਰੀਰ ਹੱਡੀਆਂ ਰਹਿ ਗਿਆ ਸੀ। ਪਹਿਲੇ ਸਮਿਆਂ ਦੇ ਵਿੱਚ ਲੱਕੜ ਹਾਰੇ ਹੁੰਦੇ, ਲੱਕੜਾਂ ਵੱਢ ਕੇ, ਲੱਕੜਾਂ ਕੱਟ ਕੇ, ਉਹਨੂੰ ਸਾੜ ਕੇ, ਲੱਕੜਾਂ ਨੂੰ ਅੱਗ ਦੇ ਵਿੱਚ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਿਆ ਕਰਦੇ ਸਨ। ਇੱਕ ਵਾਰੀ ਕਹਿੰਦੇ ਬਾਹਰ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਸੂਰਜ ਸਾਸੂ ਨਿਕਲਣ 'ਤੇ ਜਾ ਰਿਹਾ, ਮੂੰਹ ਹਨੇਰਾ ਸੀ, ਅਜੇ ਇੱਕ ਲੱਕੜ ਹਾਰਾ। ਆਪਾਂ ਜਾਣਦੇ ਹਾਂ ਜਿਹੜੇ ਲੱਕੜਾਂ ਪਾੜਦੇ ਹਨ, ਪਹਿਲਾਂ ਉਹ ਕੁੱਠੇ ਕੁਹਾੜੇ ਦੀ ਪੀਣ ਨੂੰ ਉਲਟੀ ਮਾਰ ਕੇ ਦੇਖਦੇ ਹਨ, ਸੁੱਕਾ ਕੇ ਗਿੱਲਾ। ਇੱਕ ਵਾਰੀ ਕਹਿੰਦੇ ਬਾਹਰ, ਉਹ ਜਦੋਂ ਕੁਹਾੜਾ ਨਾ, ਉਹਨੇ ਦੇਖਿਆ ਵੀ ਜੰਡ ਦਾ ਰੁੱਕ ਪਿਆ, ਕੋਈ ਮੁੱਢ ਪਿਆ ਜੰਡ ਦਾ ਜਾਂ ਕਰੀਰ ਦਾ, ਉਹਨੂੰ ਵੇਖਣ ਵਾਸਤੇ ਨਾ, ਉਹਦੇ ਸਿਰ ਦੇ ਉੱਤੇ ਪਾਣੀ ਦਾ ਕੜਾ ਸੀ, ਕੰਧੇ 'ਤੇ ਕੁਹਾੜਾ ਸੀ। ਉਹ ਜਦੋਂ ਲੱਗਾ ਮਾਰਨ ਸਤਸੰਗ ਕੁਹਾੜਾ, ਮੂੰਹ ਦਾ ਲੱਗਾ ਮਾਰਨ, ਅਤੇ ਉਸ ਮੌਕੇ ਦੇ ਸ਼ਬਦ ਆਉਂਦੇ ਹਨ, ਸਲੋਕ ਆਉਂਦੇ ਨੇ, ਫਰੀਦ ਜੀ ਨੇ ਆਖਿਆ, ਟਹਿਰੀਆਂ ਭਰਾਵਾ, ਟਹਿਰੀਆਂ ਟਹਿਰੀਆਂ, ਇਹੋ ਜਿਹੀਆਂ ਤਪੱਸਿਆ ਕਰਨੀਆਂ ਪੈਂਦੀਆਂ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਸੌਖਾ ਹੀ ਮਾਰਗ ਦੱਸ ਦਿੱਤਾ, ਕਹਿੰਦੇ ਕੰਧ ਕੁਹਾੜਾ, ਸਾਰੇ ਪੜੋ, ਕੰਧ ਕੁਹਾੜਾ ਸਿਰ ਕੜਾ, ਕੰਧ ਕੁਹਾੜਾ ਸਿਰ ਕੜਾ, ਬਣ ਕੇ ਸਣ ਲੁਹਾਰ। ਕਹਿੰਦੇ ਹਾਂ ਲੋੜੀ ਸੌ ਆਪਣਾ, ਕਹਿੰਦੇ ਤੂੰ ਲੱਕੜਾਂ ਨੂੰ ਲੱਭਦਾ ਫਿਰਦਾ, ਮੈਂ ਕੋਲੇ ਬਣਾ ਕੇ ਵੇਚਾਂਗਾ, ਮੈਂ ਤਾਂ ਆਪਣੇ ਮਾਲਕ ਨੂੰ ਲੱਭਦਾ ਫਿਰਦਾ, ਤੈਨੂੰ ਕੋਲਿਆਂ ਦੀ ਲੋੜ ਆ। ਕਹਿੰਦੇ ਹੋ ਠਹਿਰੀਆਂ ਭਰਾਵਾ, ਕਿਤੇ ਮਰਨਾ ਮੁਕਾਮੀ ਮੇਰਿਆ ਵੀਰ ਨਾ, ਖਾਤਰ ਕੋਲਿਆਂ ਦੀ ਜ਼ਿੰਦਗੀ ਦੇ ਗੁਜ਼ਰ ਗਏ, ਪਿਆਸ ਨਹੀਂ ਜ਼ੋਰ ਪਾਇਆ, ਸਮਾਂ ਥੋੜ੍ਹਾ ਹੈ। ਅੱਗੇ ਖੂਹ ਹੁੰਦੇ ਸਨ, ਇੱਕ ਖੂਹ ਦੇ ਕੰਢੇ 'ਤੇ ਪੁੱਜੇ। ਇੱਕ ਵਾਰੀ ਕਹਿੰਦੇ ਬਾਹਰੂ, ਪਿੰਡ ਤੋਂ ਬਾਹਰ ਵੱਡੇ ਪਿੰਡਾਂ 'ਚ ਦੋ ਖੂਹ ਹੁੰਦੇ, ਛੋਟੇ ਪਿੰਡਾਂ 'ਚ ਇੱਕ ਖੂਹ ਹੁੰਦਾ,
ਤੇ ਰਸਤੇ ਤੁਰੇ ਜਾਂਦੇ ਨੇ ਸੋਚਿਆ ਵੇਖਿਆ ਵੀ ਸ਼ਕਤੀਆਂ ਦੇਖੀਏ ਸ਼ਕਤੀ ਆ ਗਈ ਕਿ ਨਹੀਂ ਅਤੇ ਖੇਤ ਦੇ ਵਿੱਚ ਸਪੈਰੋ 'ਚ ਜਿਹਨੂੰ ਅਸੀਂ ਚਿੜੀਆਂ ਕਹਿ ਦਿੰਦੇ ਹਾਂ ਚਿੜੀਆਂ ਕਣਕ ਨੂੰ ਡੁੰਗ ਰਹੀਆਂ ਸਨ ਖਾ ਰਹੀਆਂ ਕਹਿੰਦੇ ਚਿੜੀਓ ਮਰ ਜਾਓ ਕਹਿੰਦੀ ਦੇਰੀ ਸੀ ਚਿੜੀਆਂ ਮਰ ਗਈਆਂ ਪਰ ਕਹਿੰਦੀ ਹੈ ਕਹਿੰਦੇ ਚਿੜੀਓ ਜਿਉਂਦੀਆਂ ਹੋ ਜਾਓ ਚਿੜੀਆਂ ਜਿਉਂਦੀਆਂ ਹੋ ਗਈਆਂ ਕਹਿੰਦੇ ਚਿੜੀਓ ਉੱਡ ਜਾਓ ਚਿੜੀਆਂ ਉੱਡ ਗਈਆਂ ਅੱਗੇ ਖੂਹ ਦੇ ਉੱਤੇ ਜੋ ਪੁੱਜਿਆ ਅੱਜ ਕੱਲ੍ਹ ਤੋਂ ਗੱਲਾਂ ਨਹੀਂ ਰਹਿ ਗਈਆਂ ਇੱਕ ਅਮਰੀਕਾ ਦੇ ਬਾਹਰੋਂ ਅਤੇ ਖੂਹ 'ਤੇ ਕੀ ਦੇਖਦੇ ਨੇ ਇੱਕ ਨੌਜਵਾਨ ਭੈਣ ਖੂਹ ਦੇ 'ਚ ਪਾਣੀ ਖਿੱਚਦੀ ਹੈ ਸੱਟੀ ਜਾਂਦੀ ਹੈ ਫਿਰ ਪਾਣੀ ਖਿੱਚਦੀ ਫਿਰ ਸੱਟੀ ਜਾਂਦੀ ਫਿਰ ਪਾਣੀ ਖਿੱਚਦੀ ਫਿਰ ਸੱਟੀ ਜਾਂਦੀ ਫਰੀਦ ਅੱਗੇ ਵਧਿਆ ਆਖਿਆ ਬੀਬਾ ਦੋ ਘੁੱਟ ਪਾਣੀ ਦੇ ਪੱਲਾ ਦੇ ਕਹਿੰਦੇ ਛੋਟੇ ਹੁੰਦੇ ਪੜ੍ਹਦੇ ਹੁੰਦੇ ਜਰਾ ਕੁ ਬਾਬਾ ਠਹਿਰ ਜਾ ਤੈਨੂੰ ਹੁਣੇ ਪਲਾਵਾਂ ਪਾਣੀ ਜਰਾ ਕੁ ਬਾਬਾ ਠਹਿਰ ਜਾ ਤੈਨੂੰ ਹੁਣੇ ਪਲਾਵਾਂ ਪਾਣੀ ਕਿਤੇ ਪੜ੍ਹਦੇ ਹੁੰਦੇ ਸੀ ਘਰ ਉੱਧਰ ਨਾ ਜਾਈਏ ਉਹਨੇ ਕਿਹਾ ਠਹਿਰ ਉਹ ਫਰੀਦੇ ਨੇ ਦੇਖਿਆ ਪਾਣੀ ਖਿੱਚਦੀ ਸੱਟੀ ਜਾਂਦੀ ਖਿੱਚਦੀ ਸੱਟੀ ਜਾਂਦੀ ਖਿੱਚਦੀ ਸੱਟੀ ਜਾਂਦੀ ਪਾਣੀ ਪਿਲਾ ਨਹੀਂ ਰਹੀ ਉਸ ਮੌਕੇ ਜਦੋਂ ਉਹ ਪਾਣੀ ਖਿੱਚ ਖਿੱਚ ਕੇ ਥੱਕ ਗਈ ਕਹਿੰਦੀ ਉਰਾ ਕਹਿੰਦੀ ਬਾਬਾ ਇਹ ਤਾਂ ਚਿੜੀਆਂ ਥੋੜ੍ਹੀਆਂ ਜਿਹਨਾਂ ਕਹੋ ਕੇ ਮਰ ਜਾਓ ਅਤੇ ਜਿਹਨਾਂ ਕਹੋ ਕੇ ਜਿਉਂਦੀਆਂ ਜੋ ਫਰੀਦ ਜੀ ਇਹ ਸਭ ਕੁਛ ਸੁਣ ਕੇ ਬੜੇ ਹੈਰਾਨ ਹੋਏ ਲੱਗੇ ਕਹਿਣ ਬੀਬਾ ਮੈਂ ਪਹਿਲਾਂ ਇਹ ਦੱਸ ਮੈਂ ਤਾਂ ਭਗਤੀ ਕਰਕੇ ਸ਼ਕਤੀ ਪ੍ਰਾਪਤ ਕੀਤੀ ਤੂੰ ਕਿੱਥੋਂ ਪ੍ਰਾਪਤ ਕੀਤੀ ਹੈ ਮਾਫ ਕਰਨਾ ਗੁਰੂ ਕੀ ਸੰਗਤ ਉਸ ਮੌਕੇ ਸੱਸ ਉਸ ਨੌਜਵਾਨ ਭੈਣ ਨੇ ਕਿਹਾ ਬਾਬਾ ਜੀ ਮੇਰੀ ਮਾਂ ਨੇ ਕਿਹਾ ਸੀ ਕਿ ਇਸਤਰੀ ਜਾਮੇ ਵਾਸਤੇ ਪਤੀ ਵਰਤਾ ਧਰਮ ਹੀ ਸਭ ਤੋਂ ਵੱਡਾ ਧਰਮ ਹੈ ਜਦੋਂ ਮੇਰੀ ਸ਼ਾਦੀ ਹੋਈ ਮੈਂ ਆਪਣੇ ਸਹੁਰੇ ਪਰਿਵਾਰ 'ਚ ਆਈ ਅਤੇ ਮੇਰੇ ਪਤੀ ਨੇ ਰਾਤ ਦੇ ਸਮੇਂ ਨੀਂਦ ਦੀ ਬੇਹੋਸ਼ੀ 'ਚ ਮੈਥੋਂ ਪਾਣੀ ਦਾ ਗਲਾਸ ਮੰਗਿਆ ਸੀ ਉਹ ਜ਼ਮਾਨਾ ਕੁਝ ਹੋਰ ਸੀ ਅੱਜ ਤਾਂ ਯੁੱਗ ਬਦਲ ਗਿਆ ਜਦੋਂ ਨੀਂਦ ਦੀ ਬੇਹੋਸ਼ੀ ਪਾਣੀ ਮੰਗਿਆ ਮੈਂ ਸ਼ਰਮ ਦੀ ਮਾਰੀ ਬੁਲਾ ਤਾਂ ਨਾ ਸਕੀ ਮੈਂ ਪਾਣੀ ਦਾ ਗਲਾਸ ਲੈ ਕੇ ਆਈ ਉਹਦੀ ਅੱਖ ਲੱਗ ਗਈ ਜਦੋਂ ਉਹਦੀ ਅੱਖ ਲੱਗ ਗਈ ਮੈਂ ਪਾਣੀ ਦਾ ਗਲਾਸ ਲੈ ਕੇ ਖਲੋਤੀ ਰਹੀ ਜਦੋਂ ਅੱਖ ਖੁੱਲੀ ਉਹਨੇ ਫਿਰ ਪਾਣੀ ਮੰਗਿਆ ਅਤੇ ਮੈਂ ਪਾਣੀ ਦਾ ਗਲਾਸ ਉਹਦੇ ਅੱਗੇ ਕਰਤਾ ਕਹਿੰਦੀ ਮੇਰੇ ਪਤੀ ਨੇ ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ ਮੈਂ ਇਹ ਸ਼ਕਤੀ ਉੱਥੋਂ ਪ੍ਰਾਪਤ ਕੀਤੀ ਆ ਉੱਥੋਂ ਪ੍ਰਾਪਤ ਕੀਤੀ ਆ ਅਤੇ ਉਹਨੇ ਕਿਹਾ ਪਾਣੀ ਸੱਟ ਰਹੀ ਸੀ ਆਖਿਆ ਤੂੰ 12 ਕੋਹ ਦੀ ਦੂਰੀ 'ਤੇ ਮੇਰੀ ਭੈਣ ਦਾ ਘਰ ਸੀ ਉਹਨੂੰ ਲੱਗੀ ਸੀ ਅੱਗ ਅਤੇ ਮੈਂ ਪਾਣੀ ਖਿੱਚ ਖਿੱਚ ਕੇ ਅੱਗ ਬੁਝਾ ਰਹੀ ਸੀ ਅੱਗ ਬੁਝ ਗਈ ਹੁਣ ਆਹ ਤੂੰ ਪਾਣੀ ਪੀ ਲਾ ਉਹ ਫਰੀਦ ਵਾਸ ਮੁੜ ਪਿਆ ਢੇਰੀ ਢਾ ਕੇ ਬਹਿ ਗਿਆ ਜਦੋਂ ਢੇਰੀ ਢਾ ਕੇ ਬਹਿ ਗਿਆ ਉੱਥੋਂ ਆਕਾਸ਼ਵਾਣੀ ਹੋਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਵਾਜ ਸਵਕਾਟ ਰੱਬੀ ਆਵਾਜ਼ ਉਸ ਰੱਬੀ ਆਵਾਜ਼ ਨੇ ਆਖਿਆ ਫਰੀਦਾ ਤੈਨੂੰ ਖੂਹਾਂ ਦੇ ਮਨਾਂ ਨਾਲ ਉਲਟਿਆਂ ਲਟਕਿਆਂ ਮੇਰੀ ਪ੍ਰਾਪਤੀ ਨਹੀਂ ਹੋਣੀ ਤੈਨੂੰ ਤੂਣੇ ਤਾਂ ਐ ਮੇਰੀ ਪ੍ਰਾਪਤੀ ਨਹੀਂ ਹੋਣੀ ਫਰੀਦਾ ਤੈਨੂੰ ਲੱਕੜ ਦੀਆਂ ਰੋਟੀਆਂ ਨੂੰ ਬੁਰਕੇ ਮਾਰਿਆਂ ਮੇਰੀ ਪ੍ਰਾਪਤੀ ਨਹੀਂ ਹੋਣੀ ਫਰੀਦਾ ਜੇ ਤੂੰ ਮੈਨੂੰ ਮਿਲਣਾ ਮੈਨੂੰ ਮਿਲਿਆ ਨੂੰ ਮਿਲ ਜੇ ਤੂੰ ਮੈਨੂੰ ਮਿਲਣਾ ਨਾ ਮੈਨੂੰ ਮਿਲਿਆ ਨੂੰ ਮਿਲ ਤੈਨੂੰ ਮਿਲਾ ਦੇਣਗੇ ਤੈਨੂੰ ਬੰਦਿਸ਼ ਮੈਂ ਕੋਲੇ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਘੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮੈਨੂੰ ਮਿਲਿਆ ਨੂੰ ਮਿਲ ਉਹ ਮੈਂ ਕਿੱਥੇ ਜਾਵਾਂ ਕਹਿੰਦੇ ਅਜਮੇਰ ਚਲਾ ਜਾ ਇੱਥੇ ਸੂਫੀ ਮਤ ਦੇ ਬਹੁਤ ਵੱਡੇ ਮਹਾਂਪੁਰਸ਼ ਸਨ ਇਹਨਾਂ ਦੇ ਕੋਲ ਫਿਰ ਪੁੱਜਿਆ ਇੱਥੋਂ ਹੀ ਫਿਰ ਬਖਸ਼ਿਸ਼ ਹੋਈ ਜਿਹੜੀ ਗੱਲ 36 ਸਾਲ 'ਚ ਨਾ ਬਣੀ ਥੋੜ੍ਹੇ ਹੀ ਸਮੇਂ ਵਿੱਚ ਬਣ ਗਈ ਉਹ ਫਰੀਜ ਦੀ ਬਾਣੀ ਸਤਸੰਗ ਜੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਹੈ ਆਪਾਂ ਜਿਵੇਂ ਬੈੱਡ 'ਤੇ ਸੌਂਦੇ ਹਾਂ ਆਪਾਂ ਨੂੰ ਮਾਰੇ ਕਿੰਨੇ ਸੌ ਦਿੱਤੇ ਨੇ ਇੰਨੇ ਬੈੱਡ ਚੰਗੇ ਬੈੱਡਾਂ 'ਤੇ ਬਹਿ ਕੇ ਅਸੀਂ ਨਾਮ ਨਹੀਂ ਜਪ ਸਕਦੇ ਫਰੀਜ ਜੀ ਕਹਿੰਦੇ ਚਿੰਤ ਖਟੋਲਾ ਸਾਰੇ ਪੜੋ ਚਿੰਤ ਖਟੋਲਾ ਚਿੰਤ ਖਟੋਲਾ ਵਰੀ ਅਸੀਂ ਕਹਿੰਦੇ ਕਿਉਂ ਵਰੀ ਹੈ ਤੂੰ ਕਿਉਂ ਚਿੰਤਾ 'ਚ ਹੈ ਫਰੀਦ ਜੀ ਕਹਿੰਦੇ ਮੇਰੀ ਵਰੀ ਹੀ ਮੇਰੀ ਚਿੰਤਾ ਹੀ ਮੇਰਾ ਬੈੱਡ ਹੈ ਚਿੰਤ ਕਟੋਲਾ ਵਾਣ ਦੁੱਖ ਵਾਣ ਮੀਨ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਉਰੇ ਮੰਜੇ ਬੁਣੇ ਹੁੰਦੇ ਨੇ ਰੱਸੀਆਂ ਨਾਲ ਬੁਣੇ ਹੁੰਦੇ ਨੇ ਕਹਿੰਦੇ ਨੇ ਦੁੱਖਾਂ ਰੂਪੀ ਵਾਣ ਹੈ ਜਿਹਦੇ ਨਾਲ ਮੈਂ ਆਪਣੇ ਬੈੱਡ ਨੂੰ ਬੁਣਿਆ ਹੋਇਆ ਹੈ ਅੱਗੇ ਕਹਿੰਦੇ ਚਿੰਤ ਕਟੋਲਾ ਵਾਣ ਦੁੱਖ ਬਿਰੇ ਵਿਛਾਵਣ ਲੇਫ ਬਿਰੇ ਵਿਛਾਵਣ ਵਹਿਰੂ ਤੇਰੀ ਯਾਦ ਵਿੱਚ ਵਿਛਾਵਣ ਲੇਫ ਲੇਫ ਕਿਹਨੂੰ ਕਹਿੰਦੇ ਗੱਦੇ ਨੂੰ ਗਦੇਲੇ ਨੂੰ ਮੁੱਕਦੀ ਗੱਲ ਕਿ ਬਿਰੇ ਵਿਛਾਵਣ ਲੇਫ ਮੈਂ ਤੇਰੇ ਪਿਆਰ ਦੇ ਵਿੱਚ ਜਿਹੜੀ ਮੇਰੀ ਤੜਫ ਹੈ ਵਾਹਿਗੁਰੂ ਉਹ ਮੇਰਾ ਵਿਛਾਉਣਾ ਹੈ ਮੇਰੇ ਪ੍ਰਭੂ ਇੱਕ ਵਾਰੀ ਤੇ ਵੇਖ ਹੋਏ ਇਹ ਹਮਾਰਾ ਜੀਵਨਾ ਇਹ ਹਮਾਰਾ ਜੀਵ
ਸੁਪਨਾ ਇਹੋ ਹਮਾਰਾ ਕਰੋ ਕੱਲ ਨੂੰ ਵਿਛੜੀ ਪਵਿੱਤਰ ਆਤਮਾ ਮੇਰੇ ਕਹਿਣ ਤੋਂ ਭਾਵ ਭਾਅ ਜੀ ਕਸ਼ਮੀਰ ਸਿੰਘ ਹਰੀ ਜਿਨ੍ਹਾਂ ਦੀ ਯਾਦ ਵਿੱਚ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਹਨ ਔਰ ਦੀਵਾਨ ਵੀ ਸੱਜਣੇ ਹਨ ਕੱਲ੍ਹ ਨੂੰ ਮੈਂ ਸਾਰੀਆਂ ਸੰਗਤਾਂ ਬੇਨਤੀ ਕਰਦਾ ਤੁਸੀਂ ਉਹ ਮਮਾ ਕੇ ਆਉਣਾ ਕੱਲ੍ਹ ਨੂੰ ਉਹਨਾਂ ਦੀ ਯਾਦ ਵਿੱਚ ਲੰਗਰ ਤਾਂ ਲਾਏ ਜਾਣਗੇ ਪਿੱਜਿਆਂ ਦਾ ਲੰਗਰ ਵੀ ਲਾਇਆ ਜਾਏਗਾ ਆਪ ਜੀ ਨੇ ਸਾਰਿਆਂ ਨੇ ਆਉਣਾ ਵੱਧ ਤੋਂ ਵੱਧ ਬੰਦੇ ਤੁਰ ਜਾਂਦੇ ਨੇ ਘੁੰਮਾਉਣ ਦੇ ਵਿੱਚ ਤੀਰ ਨਿਕਲ ਜਾਂਦੇ ਨੇ ਘੁੰਮਾਉਣ ਉੱਥੇ ਰਹਿ ਜਾਂਦੀ ਹੈ ਵਕਤ ਉੱਥੋਂ ਨਿਕਲ ਜਾਂਦਾ ਸਾਸਨ ਲੋਕ ਦੁਨੀਆਂ 'ਤੇ ਆਉਂਦੇ ਚਲੇ ਜਾਂਦੇ ਨੇ ਖੈਰ ਉਹ ਰੂਹ ਪਵਿੱਤਰ ਆਤਮਾ ਭਾਈ ਕਸ਼ਮੀਰ ਸਿੰਘ ਹਰ ਸਭ ਦੇ ਹਰਮਨ ਪਿਆਰਾ ਸਾਸੰਗ ਸੰਗਤ ਦੇ ਚਰਨਾਂ ਦੀ ਧੂੜ ਔਰ ਜੋ ਦਿਸ ਗੁਰਸਿੱਖੜਾ ਤਸਨੇਵ ਨਵ ਲਾਗਾਂ ਭਾਉ ਜੀ ਉਹ ਜਿਹੜਾ ਵੀ ਉਹਨਾਂ ਨੂੰ ਮਿਲਦਾ ਉਹਨੂੰ ਹੱਥ ਜੋੜ ਕੇ ਮਿਲਦੇ ਸਨ ਤੇ ਛੋਟਾ ਸੀ ਚਾਹੇ ਵੱਡਾ ਸੀ ਖੈਰ ਇੱਕ ਧਾਰ ਨੂੰ ਪੜ੍ਹੀ ਲਓ ਭਾਅ ਜੀ ਦੀ ਯਾਦ 'ਚ ਦਰਸ਼ਨ ਸੁਪਨੇ ਸਮਾਨ ਤੇਰਾ ਹੋ ਗਿਆ ਸੱਚ ਖੰਡ ਜਾਣ ਵਾਲਿਆ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੁਣ ਸਮਾਂ ਆਗਿਆ ਨਹੀਂ ਦਿੰਦਾ ਜਿਹੜਾ ਧਨ ਹੈ ਇਸ ਕਰਕੇ ਪੜ੍ਹਿਆ ਜਾਂਦਾ ਪਤਾ ਨਹੀਂ ਕੱਲ੍ਹ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ ਪਰ ਜਿਹੜਾ ਧਨ ਹੈ ਕਹਿੰਦਾ ਦੇ ਨੇੜੇ ਜੰਮ ਨਹੀਂ ਜਿਹੜੇ ਆਉਂਦੇ ਉੱਥੇ ਜਿੰਨੀ ਤੁਧ ਨੂੰ ਧਨ ਕਿਹਾ ਸਾਰੇ ਪੜ੍ਹੋ ਜਿੰਨੀ ਤੁਧ ਨੂੰ ਧਨ ਕਿਹਾ ਤਿੰਨ ਜਮ ਨੇੜ ਨਾ ਆਇਆ ਤਿੰਨ ਜਮ ਨੇੜ ਨਾ ਆਇਆ ਬੱਚੇ ਨੇ ਬੜੀ ਗੱਲ ਕੈਚ ਕਰ ਦੇਣੀ ਸੀ ਸੱਚਖੰਡ ਹਜ਼ੂਰ ਸਾਹਿਬ ਨੂੰ ਜਾ ਰਹੇ ਸੀ ਅਤੇ ਬਜ਼ੁਰਗਾਂ ਨੇ ਕਈ ਬੈਠੇ ਸੀ ਕਾਫੀ ਫੈਮਿਲੀ ਮੈਂਬਰ 15-20 ਜਣੇ ਅਤੇ ਕਹਿਣ ਲੱਗੇ ਬਸੰਤ ਜੀ ਕਿੱਥੋਂ ਆਏ ਬਸੰਤ ਜੀ ਕਿੱਥੇ ਰਹਿੰਦੇ ਜੀ ਹੈ ਅਤੇ ਇੱਕ ਛੋਟਾ ਜਿਹਾ ਬੱਚਾ ਨਾ 5 ਸਾਲ ਦਾ ਕਹਿੰਦਾ ਕਹੋ ਵਾਹਿਗੁਰੂ ਹਾਂਜੀ ਕਹਿੰਦਾ ਕਹੋ ਵਾਹਿਗੁਰੂ ਉਹਦੀ ਮਾਂ ਕਹਿੰਦੀ ਕੀ ਗੱਲ ਕਹਿੰਦਾ ਮੰਮੀ ਉਹ ਟੀ ਵੀ ਲਾਉਂਦੀ ਨਹੀਂ ਨਾ ਬਾਬਾ ਜੀ ਬੋਲ ਦਿੰਦਾ ਕਹਿੰਦਾ ਕਹੋ ਵਾਹਿਗੁਰੂ ਅਤੇ ਮੈਨੂੰ ਮਾਈ ਕਹਿੰਦੀ ਕਹਿੰਦੀ ਬਾਬਾ ਜੀ ਤੁਸੀਂ ਸੰਤ ਬਾਬਾ ਮਾਨ ਸਿੰਘ ਹੋ ਮੈਂ ਕਿਹਾ ਮਾਤਾ ਮੈਂ ਸੰਤ ਬਾਬਾ ਮਾਨ ਸਿੰਘ ਜੀ ਕਹਿੰਦੀ ਇਹ ਬੱਚੇ ਨੇ ਬੜੀ ਗੱਲ ਕਹਿ ਰੱਖੀ ਮੈਂ ਕਿਹਾ ਬੱਚਾ ਦੇ ਬਸ ਬੱਚਾ ਇਸੇ ਕਰਕੇ ਬੱਚਾ ਕਿਉਂ ਬਚਿਆ ਕਹਦੇ ਵਾਹਿਗੁਰੂ ਹਰ ਗੱਲ ਤੋਂ ਬਚਿਆ ਈਰਖਾ ਤੋਂ ਬਚਿਆ ਦੁੱਧ ਕਹਿੰਦਾ ਕਹੋ ਵਾਹਿਗੁਰੂ ਕਹਿੰਦਾ ਕਹੋ ਵਾਹਿਗੁਰੂ ਅਤੇ ਕਹੋ ਵਾਹਿਗੁਰੂ ਹੋ ਗਿਆ ਭਲਾ ਤੁਹਾਡਾ ਕੀ ਕਹੋ ਵਾਹਿਗੁਰੂ ਹਾਂ ਫਿਰ ਕਹੋ ਵਾਹਿਗੁਰੂ ਅਤੇ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਂਸਤੇ ਤਾਹੇ ਅੰਬਾਰਾ ਇਹਨੂੰ ਲਾਲੋ ਲਾਲੋ ਉਹ ਲਾਲੋ ਬਾਬਾ ਲਾਲੋ ਇਹ ਜਾ ਰਹੀ ਹੈ ਲਾਲੋ ਮਨ ਨੌ ਪਾਤਸ਼ਾਹ ਕਹਿੰਦੇ ਇਹਨੂੰ ਲਾਲੋ ਗੁਰੂ ਸਾਹਿਬ ਕਹਿੰਦੇ ਲਾਲੋ ਕਹਿਓ ਅਵਸਰ ਬੀਤੇ ਜਾਤ ਹੈ ਕਹਿਓ ਮਨ ਲੈ ਕਹਿਓ ਮਨ ਲੈ ਮੇਰੋ ਜਿਨ੍ਹਾਂ ਨੇ ਲਾਲੀ ਬਸ ਜ਼ਿੰਦਗੀ ਬਣਾ ਲਈ ਕਹਿ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ
ਹੈ ਤਨ 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 ਹੈ ਗੁਰੂ ਰਾਮ ਤਨ ਜੀ ਤਨ ਹੈ ਤਨ 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 ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਦੀ ਮਾਫੀ। ਕਈ ਲੋਕ ਪੁੱਛਦੇ ਇੰਡੀਆ ਕਦੋਂ ਜਾਣਾ। ਭਾਈ ਵੀਰ ਸਿੰਘ ਲਹਿਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉੱਟੇ ਕੇ ਰਾਮਣੀ ਬਹਿੰਦ ਜਾ ਰਹੇ ਸੀ ਕਿਸੇ ਪਹਾੜੀ ਏਰੀਏ 'ਚ, ਜਿਵੇਂ ਤੁਸੀਂ ਹੇਮਕੁੰਡ ਸਾਹਿਬ ਨੂੰ ਜਾਂਦੇ ਹੋ, ਚਸ਼ਮਿਆਂ 'ਚ ਪਾਣੀ ਵਗਦਾ। ਜਾਂਦੇ ਲੰਘ ਗਏ ਵਾਪਸ ਮੁੜੇ ਤੇ ਚਸ਼ਮੇ 'ਚ ਪਾਣੀ ਵਗਦਾ ਸੀ ਪਿਆ, ਫਿਰ ਵਗ ਰਿਹਾ ਸੀ। ਉਸ ਚਸ਼ਮੇ ਨੂੰ ਵੇਖ ਕੇ ਕਹਿੰਦੇ ਵਾਹ ਮਿੱਤਰਾ, ਤੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਆ। ਕਹਿੰਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਟੇਕ ਆਰਾਮ ਨਹੀਂ ਬਹਿੰਦੇ, ਲੱਗੀ ਵਾਲੇ ਨੇਹਾਂ ਦੀ ਨੀਂਦ ਦਿਨ ਰਾਤ ਬਹਿੰਦੇ। ਇੱਥੋਂ 29 ਨੂੰ ਦਿੱਲੀ ਪਹੁੰਚਣਾ, 29 ਸ਼ਾਮ ਪਵੇ, 30 ਨੂੰ ਫਿਰ ਪਵੇ, 1 ਤਰੀਕ ਨੂੰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਇੰਦੌਰ ਸ਼ਹਿਰ ਪੈਂਦਾ, ਬੜੇ ਬੜੇ ਟਰਾਂਸਪੋਰਟ ਆਉਂਦਾ, ਜਿੱਥੇ ਕਦੀ ਸ਼ਰਾਬ ਦੇ ਹੜ੍ਹ ਵਗਦੇ ਸਨ, ਅੱਜ ਉੱਥੇ ਬੜੇ ਬੜੇ ਟਰੱਕਾਂ ਵਾਲੇ, ਬੜੇ ਬੜੇ ਬਿਜਨਸਮੈਨ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਗਏ। ਸਤਸੰਗ ਜੀ ਜ਼ਿੰਦਗੀ ਮਿਲੀ ਇਸੇ ਕਰਕੇ ਹੈ। ਇਹ ਜੀਵਨ ਗੁਰੂ ਦੇ ਚਰਨਾਂ 'ਚ ਲਾ ਲਓ, ਲਾ ਲਓ ਸਤਸੰਗ ਜੀ, ਲਾ ਲਓ, ਲਾ ਲਓ। ਭਗਤਾਂ ਨੇ ਕਿਹਾ ਭਜੋ ਗੋਬਿੰਦ, ਸਾਰੇ ਪੜੋ ਭਜੋ ਗੋਬਿੰਦ। ਅਗਲੀ ਬੜੀ ਵੱਡੀ ਗੱਲ ਕਹੀ, ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਤ ਭੁੱਲਿਓ ਜੇ, ਇੱਕ ਵਾਰੀ ਕਹਿ ਦੇ ਵਹਿਰੂ।
ਕਹਿੰਦੇ ਭੁੱਲਿਓ ਮਤ, ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਨਸਾਨੀ ਜ਼ਿੰਦਗੀ ਦਾ ਕਹਿੰਦੇ ਇਹੀ ਲਾਹਾ ਹੈ, ਇਹੀ ਫਾਇਦਾ ਹੈ। ਪਤਾ ਨਹੀਂ ਕਦੋਂ ਕਿਸ ਵੇਲੇ ਕਿੱਥੇ ਆਵਾਜ਼ ਪੈ ਜਾਣੀ ਹੈ ਸਤਸੰਗ ਜੀ, ਅਤੇ ਕਦੋਂ ਇੱਥੋਂ ਜਾਣਾ ਪਵੇ। ਇੰਨੇ ਕੁ ਸ਼ਬਦ ਪ੍ਰਵਾਨ ਹੋਈਆਂ ਭੁੱਲਾਂ ਦੀ ਮਾਫ਼ੀ, ਸਮਾਂ ਜ਼ਿਆਦਾ ਲੱਗ ਜਾਇਆ ਕਰਦਾ ਕਿਉਂਕਿ ਇਹ ਸੁਭਾਅ ਬਣ ਗਿਆ ਸਤਸੰਗ ਜੀ। ਪੰਜਾਬ ਦੀਆਂ ਸਟੇਜਾਂ 'ਤੇ ਹੋਰ ਸਟੇਜਾਂ 'ਤੇ ਤਿੰਨ ਤਿੰਨ ਚਾਰ ਚਾਰ ਘੰਟੇ ਤਾਂ ਕਿਤੇ ਭੁੱਖ ਪੈਣ ਦਾ ਨਾਂ ਹੀ ਨਹੀਂ ਲੈਂਦਾ। ਸਤਸੰਗ ਬਾਣੀ ਹੈ ਹੀ ਮਿੱਠੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਭਰਮ ਗੱਤ ਮੇਰੀ। ਸਤਸੰਗ ਜੀ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਬਾਣੀ ਨਾਲ ਜੁੜੋ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਨਾਮ ਜਪਿਆ ਕਰੋ, ਫਿਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਾਦਾ ਭਲਾ। ਸੱਸ ਹੁਣ ਅਰਦਾਸ ਹੋਵੇਗੀ ਤੂੰ ਠਾਕ ਸੂਰਤ ਦੇਖਣਾ ਪੂਰ ਗਵਾਰਾ, ਮਿਤਨ ਮੁਹਾਰਾ ਝੂਠ ਪਸਾਰਾ, ਜਗ ਮੈਂ ਕੋਈ ਰਹਿਣ ਨਾ ਪਾਏ, ਨਿਤਲ ਏਕ ਨਾਰਾਇਣਾ, ਗੁਰਪੁਰੇ ਕੀ ਪਉ ਸੁਣਾਈ, ਮੋਹ ਸੋਗ ਸਭ ਭਰਮ ਮਟਾਈ, ਏਕੋ ਮੰਤਰ ਦ੍ਰਿੜਾਏ ਔਖਦ, ਸੱਚ ਨਾਮ ਰਿਦ ਗਾਇਨਾ, ਜਿਸ ਨਾਮੇ ਕੋ ਤਰਸ ਹੈ ਬਹੁ ਦੇਵਾ, ਸਗਲ ਭਗਤ ਜਾਂ ਕੀ ਕਰਦੇ ਸੇਵਾ, ਨਾਥਾ ਨਾਥ ਦੀਨ ਦੁਖ ਭੰਜਨ, ਸੋ ਗੁਰਪੂਰੇ ਤੇ ਪਾਇਨਾ, ਹੋਰ ਦੁਆਰਾ ਕੋਈ ਨਾ ਸੁਜੈ, ਤੇਰੀ ਭਵਨ ਧਾਵੈ ਤਾਂ ਸਭ ਕਿਛੂ ਨਾ ਬੁਝੈ, ਸਤਿਗੁਰ ਸਾਹਿਬ ਭੰਡਾਰ ਨਾਮ ਜਿਸ, ਇਹ ਰਤਨ ਤਿਸੈ ਤੇ ਪਾਇਨਾ, ਜਾਂ ਕੀ ਤੁਰ ਕਰੇ ਪੁਨੀਤਾ, ਸੁਰ ਨਰ ਦੇਵ ਨਾ ਪਾਵਹਿ ਮੀਤਾ, ਸਤ ਪੁਰਖ ਸਤ ਗੁਰ ਪਰਮੇਸ਼ਰ, ਜਿਸ ਭੇਟਤ ਪਾਰ ਪਰਾਇਨਾ, ਪਾਰ ਜਾਤ ਲੋੜੈ ਮਨ ਪਿਆਰੇ, ਕਾਮ ਤੇਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰਪੂਰੇ, ਨਾਮ ਕਮਾਏ ਰਸਾਇਨ, ਗੁਰ ਕੈ ਸਬਦ ਪਰਮ ਪੰਚ ਧਾਤੂ, ਭੈ ਪਾਰ ਬ੍ਰਹਮ ਹੋ ਪਾਰਸ ਜਪ ਬੇਟੇ ਗੁਰਪੂਰਾ, ਤਾਂ ਪਾਰਸ ਪਰਸ ਦਿਖਾਇਨਾ, ਕਈ ਬੈਕੁੰਠ ਨਾਹੀਂ ਲਵੈ ਲਾਗੇ, ਮੁਕਤ ਬੱਬੜੀ ਪੀ ਗਿਆਨੀ ਤਿਆਗੇ, ਏਕ ਅੰਕਾਰ ਸਤਿਗੁਰ ਤੇ ਪਾਈਐ, ਹਾਂ ਬਲ ਬਲ ਗੁਰ ਦਰਸਾਇਨਾ, ਗੁਰ ਕੀ ਸੇਵਨਾ ਜਾਣੈ ਕੋਈ, ਗੁਰ ਪਾਰ ਬ੍ਰਹਮ ਅਗੋਚਰ ਸੋਈ, ਜਿਸਨੋ ਲਾਏ ਲੈ ਸੋ ਸੇਵਕ, ਜਿਸ ਵਡ ਭਾਗ ਮਥਾਇਨਾ, ਗੁਰ ਕੀ ਮਹਿਮਾ ਭੇਦ ਨਾ ਜਾਣੈ, ਤੁਛ ਮਾਤ ਸੁਣ ਸੁਣ ਵਖਾਣੈ, ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸਿੱਧ ਲਾਇਨਾ, ਜਾਂ ਕੀ ਸੋਏ ਸੁਣੀ ਮਨ ਜੀਵੈ, ਹਿਰਦੈ ਵਸੈ ਤਾਂ ਠੰਡਾ ਤੀਵੈ, ਗੁਰਮੁਖੋਂ ਅਲਾਏ ਤਾਂ ਸੁਭਾ ਪਾਏ,
ਇਸ ਜਮ ਕੈ ਪੰਥ ਨਾ ਪਾਇਨਾ ਸੰਤਨ ਕੀ ਸਰਨਾਈ ਪੜਿਆ ਜਿਓ ਪ੍ਰਾਣ ਧਨ ਆਗੈ ਤਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਇਆ ਕਿਰਮਾਇਨਾ ਨਿਰਗੁਣ ਕੋ ਸੰਗ ਲਿਹੋਰ ਲਾਏ ਕਰ ਕਿਰਪਾ ਮੋਹੇ ਟਹਿਲੈ ਲਾਏ ਪੱਖਾ ਪੈਰੋ ਪਿਸੋ ਸੰਤ ਆਗੈ ਚਰਨ ਤੋਏ ਸੁਖ ਪਾਇਨਾ ਬਹੁਤ ਦੁਆਰੇ ਪਰਮ ਪਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤ ਹੈ ਸੰਗ ਰੱਖ ਇਹੋ ਨਾਮ ਦਾਨ ਦੇਵਾਇਨਾ ਭੈ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੁਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਏ ਨਾ ਮਾ